ਇੰਨਾ ਕੀ ਰਿਫਟ ਪੈ ਗਿਆ ਕਿ ਤੁਹਾਨੂੰ ਆਪਦੀ ਕੋ ਸਟਾਰ ਦੇ ਖਿਲਾਫ ਉਹ ਤੁਹਾਡੇ ਖਿਲਾਫ ਤੁਸੀਂ ਉਹਦੇ ਖਿਲਾਫ ਅੱਜ ਬੋਲਣਾ ਪੈ ਗਿਆ? ਨਹੀਂ ਮੈਂ ਦੀਪ ਕਰਕੇ ਨਹੀਂ ਉਹਦੇ ਖਿਲਾਫ ਬੋਲ ਰਿਹਾ, ਸੋਨੀਆ ਨਾਂ ਦੇ ਖਿਲਾਫ਼ ਮੈਂ ਦੀਪ ਕਰਕੇ ਨਹੀਂ ਬੋਲਿਆ, ਨਾ ਹੀ ਸੋਨੀਆ ਦੇ ਖਿਲਾਫ਼ ਮੈਂ ਬੋਲਣਾ ਚਾਹੁੰਦਾ, ਨਾ ਹੀ ਮੈਂ ਬੋਲ ਰਿਹਾ, ਪਰ ਸੋਨੀਆ ਜਿਹੜੀ ਹੈ ਬਿਆਨ ਜੇ ਦਿੱਤਿਆ ਇਹ ਬਕਵਾਸ ਕਰਨ ਦੀ ਕੀ ਲੋੜ ਹੈ? ਉਹ ਕਿਹਾ ਤੁਹਾਨੂੰ ਇੱਕ ਇੰਟਰਵਿਊ 'ਚ, ਹੁਣ ਉਹਨਾਂ ਨੇ ਕਿਹਾ ਇਹਦਾ ਡਰਪੋਕ ਹੋ ਗਿਆ ਯਾਦ ਕਰੇ ਵਾਲ ਕੇ ਆਪਦੀ ਗੱਲ ਤੋਂ ਮੁਕਰਨ ਵਾਲੀ ਗੱਲ। ਆਪਦੇ ਭਰਾਵਾਂ ਨੂੰ ਮਨਾਉਣ ਵਾਸਤੇ ਮੈਂ ਉੱਥੇ ਇਹ ਗੱਲ ਲਾਈਵ ਹੋ ਕੇ ਬੋਲੀ ਆ, ਔਰ ਇਹਨੂੰ ਤੁਸੀਂ ਡਰਪੋਕ ਸਮਝਦੇ ਹੋ ਤਾਂ ਫਿਰ ਮੈਂ ਡਰਪੋਕ ਹਾਂ, ਮੈਂ ਆਪਦੇ ਭਰਾਵਾਂ ਵਾਸਤੇ ਡਰਪੋਕ ਹਾਂ ਜੀ, ਕੋਈ ਚੱਕਰ ਨਹੀਂ, ਪਰ ਜੇ ਮੇਰਾ ਅਜਵਾਉਣਾ ਹੀ ਆ ਤਾਂ ਫਿਰ ਕੋਈ ਦੁਸ਼ਮਣ ਲਿਆਓ ਸਾਹਮਣੇ, ਫਿਰ ਦੱਸੂਗਾ ਮੈਂ ਡਰਪੋਕ ਹਾਂ ਕੀ ਹਾਂ। ਬਹੁਤ ਸਾਰੇ ਆਗੂ ਸਟੇਜ ਤੋਂ ਗੱਦਾਰ ਬੋਲ ਕੇ ਦੀਪ ਸਿੱਧੂ ਤਾਂ ਗੱਦਾਰ ਹੈ। ਦੇਖੋ ਜੀ, ਫਿਰ ਮੈਂ ਹੁਣ ਇਹੀ ਗੱਲ, ਦੇਖੋ ਉਹਨਾਂ ਨੇ ਕਹਿ ਤਾ ਗੱਦਾਰ ਹੈ ਦੀਪ ਸਿੱਧੂ, ਜੇ ਉਹ ਕਿਸੇ ਦਾ ਕੀ ਕਿਹਾ ਜੀ, ਉਹਨਾਂ ਨੇ ਤਾਂ ਬਕਵਾਸ ਕਰਤੀ। ਸੜਕ ਆਉਣ ਰਿਹਾ ਜੇਲ੍ਹ ਦੇ ਵਿੱਚ ਦੀਪ ਸਿੱਧੂ, ਜਿਸ ਲੈਵਲ 'ਤੇ 7-star ਲਾਈਫ ਅਸੀਂ ਜਿਉਂਦੇ ਸੀਗੇ, ਕਈ ਲੋਕਾਂ ਨੇ ਤਾਂ ਜਿਹੜੇ ਆਪਦੇ ਉਹਨੂੰ ਵੱਡੇ ਕਹਾਉਂਦੇ ਨੇ, ਉੱਦਾਂ ਦੀ ਲਾਈਫ ਡ੍ਰੀਮਸ ਦੇ ਵਿੱਚ ਵੀ ਨਹੀਂ ਸੋਚੀ ਹੋਣੀ ਜਿਹੜੀ ਕਿ ਅਸੀਂ ਜਿਉਂ ਰਹੇ ਸੀ ਉੱਥੇ, ਜਿਹੜੀ ਕਿ ਦੀਪ ਹੰਢਾ ਰਿਹਾ ਸੀ ਲਾਈਫ। ਇਹੀ ਲਾਈਫ ਤਾਂ ਸੋਨੀਆ ਮਾਨ ਵੀ ਜਿੰਦੀ ਸੀ ਫਿਰ, ਕਿੰਨੇ ਕਰੋੜਾਂ ਦੀਆਂ ਫਿਲਮਾਂ ਉਹ ਕਹਿੰਦੇ ਮੈਂ ਛੱਡ ਕੇ ਅੱਜ ਇੱਥੇ ਬੈਠੀਆਂ ਕਾਨਿਆਂ ਵਾਲੇ ਤੰਬੂ ਦੇ ਵਿੱਚ। ਦੇਖੋ ਜੀ, ਮੈਂ ਲੋਕ ਵੈਸੇ ਮੈਨੂੰ ਕਹਿ ਦਿੰਦੇ ਬੜਾ ਸਿੱਧਾ ਜਿਹਾ ਬੰਦਾ, ਪਰ ਇੰਨਾ ਵੀ ਸਿੱਧਾ ਨਹੀਂ, ਮੈਂ ਜੇ ਗੱਲਾਂ ਕਰਨ ਲੱਗ ਗਿਆ ਨਾ ਤਾਂ ਬਹੁਤ ਗੱਲਾਂ ਹੋ ਜਾਣਗੀਆਂ। ਅਗਰ ਤੁਹਾਨੂੰ ਡਰਪੋਕ ਕਹਿਤਾ ਤਾਂ ਅੱਜ ਤੁਸੀਂ ਹੁਣ ਤੁਸੀਂ ਨਹੀਂ, ਫਿਰ ਠੀਕ ਹੈ ਜੀ, ਅਗਰ ਕੋਈ ਮੇਰੇ 'ਤੇ ਪਰਸਨਲ ਅਟੈਕ ਕਰੂਗਾ ਤਾਂ ਫਿਰ ਮੈਂ ਨਹੀਂ ਕਰ ਸਕਦਾ। ਦੀਪ ਸਿੱਧੂ ਤੁਸੀਂ ਕੰਪੇਅਰ ਕਰ ਸਕਦੇ ਨਹੀਂ, ਬਹੁਤ ਫਰਕ ਹੈ ਜੀ, ਬਹੁਤ ਜ਼ਿਆਦਾ ਫਰਕ ਹੈ। ਕਿੱਥੇ ਦੀਪ ਸਿੱਧੂ, ਕਿੱਥੇ ਦੀਪ ਸਿੱਧੂ ਖੇਡਦਾ ਸੀ, ਕਿਹੜੀਆਂ ਗੱਲਾਂ ਸੀ ਦੀਪ ਸਿੱਧੂ? ਦੀਪ ਸਿੱਧੂ ਨੇ ਜਦੋਂ ਸੋਚਿਆ ਕਿ ਮੈਂ ਹੁਣ ਐਕਟਰ ਬਣਨਾ, ਉਹਨੇ ਤਾਂ 5 ਫਿਲਮਾਂ ਆਪਦੀ ਜੇਬ 'ਚ ਬਣਾ ਲਈਆਂ। ਕਿ ਜਦੋਂ ਗੱਲ ਕਿਸਾਨੀ ਦੀ ਹੋ ਰਹੀ ਸੀ ਤਾਂ ਫਿਰ ਫੈਡਰਲ ਢਾਂਚੇ ਔਰ ਇਹਨਾਂ ਗੱਲਾਂ ਤੱਕ ਜਾਣ ਦੀ ਕੀ ਲੋੜ? ਦੇਖੋ ਜੀ, ਇਹ ਚੀਜ਼ ਇਹਦੇ ਨਾਲ ਜੁੜੀ ਹੋਈ ਹੈ। ਫੈਡਰਲ ਢਾਂਚੇ ਦੇ ਵਿੱਚ ਕੀ ਹੈ? ਖੁਦ ਮੁਖਤਿਆਰੀ, ਸਾਰੇ ਹੱਕ ਸਾਡੇ ਕੋਲ ਹੋਣੇ ਚਾਹੀਦੇ। ਸਟੇਟ ਦੇ ਹੱਕ ਹੈ ਜਿਹੜੇ ਸਟੇਟ ਨੂੰ ਮਿਲਣੇ ਚਾਹੀਦੇ ਆ, ਅਤੇ ਉਹਦੇ ਸਟੇਟ ਦੇ ਵਿੱਚ ਸਾਡੇ ਐਗਰੀਕਲਚਰ ਦੇ ਹੱਕ ਕੀ ਹੈ ਸਾਰੇ? ਸਵਾਲ ਕਿਉਂ ਉੱਠੇ ਦੀਪ 'ਤੇ, ਨੀਅਤ 'ਤੇ ਕਿਉਂ ਸਵਾਲ ਉੱਠ ਗਏ? ਲੋਕਾਂ ਨੇ ਕਹਿ ਤਾ ਕਿ ਭਾਜਪਾ ਦਾ ਪਲਾਂਟਡ ਬੰਦਾ। ਮਤਲਬ ਤੁਸੀਂ ਕਿਵੇਂ ਕਹਿ ਰਹੇ ਹੋ ਭਾਜਪਾ ਦਾ ਬੰਦਾ ਵੀ ਉਹਦੀਆਂ ਮੋਦੀ ਜੀ ਨਾਲ ਫੋਟੋਆਂ ਜਾ ਸਕਦੇ? ਉਹ ਫੋਟੋਆਂ ਸ਼ੇਅਰ ਕਰਦੇ ਹੋ, ਉਹ ਕਹਿੰਦੇ ਅਮਿਤ ਸ਼ਾਹ ਨਾਲ ਮੋਦੀ ਨਾਲ ਫੋਟੋਆਂ ਨੇ। ਅੱਛਾ, ਮੈਂ ਤੁਹਾਨੂੰ ਸਨੀ ਦਿਓਲ ਦੇ ਕਲੋਜ਼ ਰਿਹਾ, ਸਨੀ ਦਿਓਲ ਤੋਂ ਨੇੜੇ ਤਾਂ ਮੋਦੀ ਅਮਿਤ ਸ਼ਾਹ ਦੇ ਇਸ ਵੇਲੇ ਕੋਈ? ਅੱਛਾ, ਫਿਰ ਇਹਦਾ ਮਤਲਬ ਕਿ ਭਾਜਪਾ ਦਾ ਬੰਦਾ ਹੋ ਗਿਆ? ਇਹਦਾ ਮਤਲਬ ਫਿਰ ਹੋਰ ਜਿਹੜੇ ਆਪਣੇ ਲੀਡਰ ਨੇ ਜਿਹੜੇ ਆਪਦੇ ਆਪ ਨੂੰ ਕਹਿੰਦੇ ਵੀ ਅਸੀਂ ਨਹੀਂ ਹੈਗੇ, ਜਿਹੜੇ ਹੋਰ ਸਾਡੇ ਕਰਪਟ ਲੀਡਰ ਨੇ ਉਹਨਾਂ ਦੀਆਂ ਫੋਟੋਆਂ 'ਤੇ, ਫਿਰ ਉਹਨਾਂ ਦੇ ਬੰਦੇ ਹੋ ਗਏ ਜੀ? ਫਿਰ ਇਹਦਾ ਮਤਲਬ ਇਹ ਆਪਾਂ ਕਹਿ ਸਕਦੇ ਹਾਂ ਉਹ ਬਿੱਲਾਂ ਦੇ ਖਿਲਾਫ ਹੀ ਲੜ ਰਿਹਾ ਨਾ, ਉਹ ਮੋਦੀ ਸਰਕਾਰ ਦੇ ਖਿਲਾਫ ਹੀ ਲੜ ਰਿਹਾ ਨਾ, ਫਿਰ ਤੁਸੀਂ ਕਿਵੇਂ ਉਹਨੂੰ ਬੀਜੇਪੀ ਦਾ ਬੰਦਾ ਕਹਿ ਰਹੇ ਹੋ? ਕਿਵੇਂ ਤੁਸੀਂ ਉਹਨੂੰ ਇਹ ਕਹਿ ਰਹੇ ਹੋ ਕਿ ਉਹ ਮੋਰਚੇ ਦੇ ਵਿੱਚ ਨਹੀਂ ਆ ਸਕਦਾ? ਮੋਰਚੇ ਤੁਹਾਨੂੰ ਮੋਰਚਾ ਯਾਰ ਕਿ ਤਾਂ ਮਤਲਬ ਕਿ ਰਜਿਸਟਰੀ ਕਰਾਈ ਹੈ ਮੋਰਚੇ ਦੀ ਕਿਸੇ ਨੇ? ਮੋਰਚਾ ਸਾਰਿਆਂ ਦਾ, ਮੋਰਚਾ ਸਾਰੇ ਪੰਜਾਬ ਦਾ, ਸਾਡੀਆਂ ਵੀ ਜ਼ਮੀਨਾਂ, ਸਾਡੇ ਕੋਲ ਜ਼ਮੀਨਾਂ, ਸਾਡੇ 'ਤੇ ਵੀ ਬਿੱਲ ਲਾਗੂ ਹੁੰਦੇ ਨੇ, ਅਸੀਂ ਵੀ ਲੜ ਰਹੇ ਹਾਂ ਉਹਦੇ ਖਿਲਾਫ਼। ਜੇ ਉਹਦੇ ਆਗੂ ਉੱਥੇ ਆ ਜਾਂਦੇ ਅਤੇ ਉੱਥੇ ਆਪਾਂ ਬੈਠ ਜਾਂਦੇ ਤਾਂ ਮੈਨੂੰ ਲੱਗਦਾ ਕਿ ਮੈਨੂੰ ਕੀ ਲੱਗਦਾ ਬਹੁਤ ਲੋਕ ਇਸੇ ਹੱਕ 'ਚ ਨੇ ਵੀ ਆਪਣੇ ਬਿੱਲ ਉੱਦਾਂ ਹੀ ਰੱਦ ਹੋ ਜਾਣੇ ਸੀਗੇ, ਕਿਉਂਕਿ ਉੱਦਾਂ ਗੱਲਬਾਤ ਐਡੀ ਹੋ ਗਈ ਸੀਗੀ। ਦੱਸੋ, ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਹੈ ਕਿ ਲੱਖੇ ਦੀ ਜੇ ਲੱਖੇ ਨੇ ਵਾਪਸ ਆਉਣਾ, ਮਾਫ਼ੀ ਮੰਗੇ ਅਤੇ ਵਾਪਸ ਆ ਜੇ, ਮਾਫ਼ੀ ਕਿਸ ਗੱਲ ਦੀ? ਚਲੋ, ਲੱਖਾ ਦੱਸ ਸਕਦਾ ਜੀ ਤਾਂ ਮੈਂ ਨਹੀਂ ਦੱਸ ਸਕਦਾ। ਸਟੈਂਡ ਕੀ ਹੈ ਦੀਪ ਨੂੰ ਲੈ? ਦੀਪ ਮੇਰਾ ਭਰਾ ਜੀ, ਦੀਪ ਨਾਲ ਲੈ ਕੇ ਮੇਰਾ ਇਹੀ ਸਟੈਂਡ ਹੈ ਕਿ ਦੀਪ ਗਲਤ ਹੈ, ਠੀਕ ਹੈ, ਜੋ ਵੀ ਹੈ ਮੈਂ ਉਹਦੇ ਨਾਲ ਹੈ, ਠੀਕ ਹੈ। ਦੀਪ ਮੈਨੂੰ ਜੋ ਵੀ ਹੁਕਮ ਲਾਊਗਾ ਮੈਂ ਉਹੀ ਕਰੂੰਗਾ, ਦੀਪ ਮੈਨੂੰ ਕਹੂਗਾ ਆਹ ਕਰਦੇ ਤਾਂ ਮੈਂ ਉਹ ਕਰ ਦੂੰਗਾ, ਮੈਂ ਨਹੀਂ ਸੋਚੂੰਗਾ ਕਿ ਦੀਪ ਨੇ ਕੀ ਗਲਤ ਕਿਹਾ ਜਾਂ ਠੀਕ ਕਿਹਾ, ਉਹ ਮੈਂ ਨਹੀਂ ਸੋਚਦਾ। ਦੀਪ ਨਾਲ ਮੇਰਾ ਪਿਆਰ ਹੀ ਇੰਨਾ, ਦੀਪ ਗਲਤ ਹੋਵੇ ਠੀਕ ਹੋਵੇ ਉਹਦੇ ਨਾਲ ਖੜੇ ਆ, ਦੈਟਸ ਇਟ। ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਕਿਸਾਨੀ ਸੰਘਰਸ਼ 'ਚ ਬਹੁਤ ਸਾਰੇ ਕਿਰਦਾਰ ਲੋਕਾਂ ਦੇ ਸਾਹਮਣੇ ਆਏ, ਕਈਆਂ 'ਤੇ ਸਵਾਲ ਉੱਠੇ, ਕਈਆਂ ਨੂੰ ਕਿਹਾ ਗਿਆ ਕਿ ਸੱਚਾ ਹੋ ਕੇ ਮੂਹਰੇ ਆਇਆ। ਦੀਪ ਸਿੱਧੂ ਲੱਖੇ ਸਿਧਾਣੇ 'ਤੇ ਵੱਖਰੇਵੇਂ ਜ਼ਰੂਰ ਰਹੇ, ਪਰ ਹਰੇਕ ਨੇ ਆਪਣੀ ਰਾਏ ਰੱਖੀ। ਯਾਦ ਗਰੇਵਾਲ ਦੀਪ ਸਿੱਧੂ ਦੇ ਹੱਕ 'ਚ ਆ ਕੇ ਸ਼ਰੇਆਮ ਬੋਲੇ, ਔਰ ਦੂਜੇ ਪਾਸੇ ਸੋਨੀਆ ਮਾਨ ਦੇ ਉੱਤੇ ਸਵਾਲ ਹੋਏ ਕਿ ਸੋਨੀਆ ਮਾਨ ਖਿਲਾਫ਼ ਨੇ, ਔਰ ਉਹਨਾਂ ਨੇ ਕਿਹਾ ਕਿ ਮੇਰਾ ਆਪਣਾ ਤਰਕ ਹੈ। ਪਰ ਪਿਛਲੇ 2 ਦਿਨਾਂ ਤੋਂ ਯਾਦ ਗਰੇਵਾਲ ਅਤੇ ਸੋਨੀਆ ਮਾਨ ਨੂੰ ਲੈ ਕੇ ਇੱਕ ਵਿਵਾਦ ਛਿੜਿਆ ਹੋਇਆ। ਪਹਿਲਾਂ ਦੋਹੇ ਇਕੱਠੇ ਆਉਂਦੇ ਆ ਲਾਈਵ, ਸੋਨੀਆ ਮਾਨ ਯਾਦ ਗਰੇਵਾਲ ਦੇ ਨਾਲ ਹੁੰਦੇ ਆ। ਯਾਦ ਉੱਥੇ ਕਹਿੰਦੇ ਆ ਕਿ ਜਿਹੜੇ ਗਾਲਾਂ ਕੱਢ ਰਹੇ ਆ ਦੀਪ ਦੇ ਨਾਂ 'ਤੇ ਉਹ ਨਹੀਂ ਕੱਢਣੀਆਂ ਚਾਹੀਦੀਆਂ। ਬਾਅਦ ਦੇ ਵਿੱਚ ਫਿਰ ਗੱਲ ਹੋਰ ਤਰ੍ਹਾਂ ਪ੍ਰਜੈਂਟ ਹੁੰਦੀ ਹੈ। ਤਾਂ ਕੀ ਗੱਲਬਾਤ ਸੀ ਅੱਜ? ਸੋਨੀਆ ਮਾਨ ਨੇ ਯਾਦ ਨੂੰ ਕਿਹਾ ਕਿ ਡਰਪੋਕ ਹੈ। ਇਹ ਸਾਰੀਆਂ ਗੱਲਾਂ ਦੇ ਉੱਤੇ ਗੱਲਬਾਤ ਲਾਜ਼ਮੀ ਹੈ, ਕਿਉਂਕਿ ਜਿਸ ਤਰ੍ਹਾਂ ਹੁਣ ਸੰਘਰਸ਼ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਹੈ, ਪਹਿਲਾਂ ਸਾਰੇ ਇਸ ਤਰ੍ਹਾਂ ਚੱਲ ਰਹੇ ਸੀ ਕਿ ਏਕੇ ਦੀ ਗੱਲ ਹੈ, ਸੰਘਰਸ਼ ਆਪਣਾ, ਇਹ ਲੜਾਈ ਨਾ ਫੈਲੇ, ਗੱਲਬਾਤ ਨਾ ਹੋਵੇ। ਪਰ ਜਦੋਂ ਗੱਲਾਂ ਇੰਨੀਆਂ ਬਲੋ ਦਾ ਬੈਲਟ ਜਾਣ ਲੱਗ ਜਾਣ ਤਾਂ ਫਿਰ ਸਵਾਲ ਹੁੰਦੇ ਹੈ। ਯਾਦ ਗਰੇਵਾਲੇ ਇਸ ਵੇਲੇ ਸਾਡੇ ਨਾਲ ਨੇ ਬਾਈ, ਬਹੁਤ ਬਹੁਤ ਸਵਾਗਤ ਹੈ ਔਨ ਏਅਰ। ਥੈਂਕ ਯੂ ਬਾਈ, ਥੈਂਕ ਯੂ ਸੋ ਮਚ, ਵੈਲਕਮ ਤੁਹਾਡਾ। ਤੁਹਾਡੇ 'ਤੇ ਬਹੁਤ ਸਵਾਲ ਹੋਏ, ਲੋਕਾਂ ਨੇ ਕਿਹਾ ਕਿ ਤੁਸੀਂ ਸੋਨੀਆ ਮਾਨ ਦੇ ਨਾਲ
क्यों बैठे उदे गल की हुई सी उदे भाई जी गल एक्चुअली की है कि असी ना एक फिल्म कर रहे सी इकट्ठे है ना ते उदे सोनिया मैनू सवेर तो कह रही थी कि आपां लाइव होना ते मैं कोई प्रिपेयर नहीं सीगा भी की लाइव होना किस सिलसिले बारे लाइव होना क्योंकि तुहानू पता कि मैं मैनू वैसे कोई इन्ना इंट्रस्ट भी है नहीं सी किसी चीज़ दे विच ठीक है असी दीप सिद्धू दे नाल सी जो दीप सिद्धू सी असी उहदे नाल सी जो भी उहदा स्टैंड सी उहदे स्टैंड नूं असी सपोर्ट कर रहे सी है ना जी इहने मैनू कहा कि मैनू गालां कढ़दे ने दीप सिद्धू की फोटो ला के भी तुम उस बारे माड़ा जहा कहो मैं क्या कोई गल नहीं मैं कह दूंगा चलो जो असं लाइव हुए तो मैं वो कहता इन्हें मैंने पूछा भी कि ये ठीक है कि दीप इन सपोर्ट करता भी जो गाल करते मैं क्या देखो जी सपोर्ट करने की गल नहीं है भी कोई भी बंदा किसी भी धी भैन गाल कर माड़ी गल है भी बई आपू गाल नहीं कड़निया चाहिए जेडे मेरे भरा गाल कटते हैं वो यार ना कटिया करो दैट्स इट इन्नी गल हुई सी दूजा क्वेश्चन मैं उन्होंने पूछा भी कि दीप सिद्धू जथेबंद के नाल है मैं क्या दीप सिद्धू नाल है या नहीं है यही मैंने पता बट गल है कि दीप सिद्धू ने कद जथेबंदियों के खिलाफ नहीं बोलिया ठीक है उन्हें हमेशा यही कहा कि असी जथेबंदियों की सपोर्ट करते हैं तो साढ़े आगू ने असी उन्होंने इज्जत करते हैं भी तुम कोई भी इंटरव्यू चक के दिखा दो जिद उन्हें खिलाफ बोलिया हो हमेशा हक च ही बोलिया बस आ दो गल्ला मेरी हुई उन्होंने सवाल किया कोई उन्होंने स्टैंड उन्होंने पक्ष जाने नहीं नहीं मैं कोई इदा क्योंकि मेरा कोई इंट्रस्ट ही है नहीं गल कर मेरा कोई इंट्रस्ट ही नहीं मैं तो सिर्फ उत्थे सिर्फ बैठा हुआ बस इन्नी गल हुई सी उस तो बाद इस गल का विवाद छिड़िया कि जेडे अपने प्यार करते हैं दीप नू बाई नू जां मैनू प्यार करते हैं वह क्योंकि सोनिया ने जदों 26 वाला कांड होया उदों दीप के खिलाफ काफ़ी कुछ गलत मलत बोलिया जिद बारे मैं नॉलेज भी है नहीं सी खैर क्योंकि मैं इन्ना इंट्रस्ट नहीं लै रहा है मैं पता नहीं मैंने अद्धिया गलत हूँ पता लग रही मैं ऐं होया तो उस गलू लैके जेडे सानू प्यार करते हैं वो इस गल तो मेरे ना नाराज़ हो गए ठीक है जी मैं फिर लाइव होकर स्पष्टीकरण दिता कि वीर यहो जी कोई गल नहीं है अपना स्टैंड अज भी उही है जो पहला सीगा ठीक है दीप सिद्धू साडा भरा ते दीप सिद्धू दे नाल ही असीं दीप सिद्धू जो भी कहूगा उही होगा ते इदां दी कोई गल नहीं है मैं आपका स्पष्ट तुसीं आपकी गल तो मुकरे हो जो सोनिया मान नाल बह के कीती सी उस गल तो मुकर के नहीं बिल्कुल भी नहीं मुकरे मैं क्यों मुकरना मुकरन वाली कोई गल ही नहीं है मुकरा तो मैं तां ना जे कोई गल होई होवे मैं दो क्वेश्चन मैंने किए गए तो मैं आही आंसर दिता तो उही आंसर मैं तुम्हें इतने दे रहा कि देखो भी गाला कढ़ने वाली गल होगी एक तो दीप सिद्धू दी फोटो ला के भी भाई धियां भैन दियां गाला ना कढ़ो इहदे नाल दीप दा अक्स खराब हुंदा दूसरी गल है कि दीप सिद्धू ने कदे भी किसी भी आगू बारे गलत नहीं बोलिया ना किसी किसान जथेबंदी के अपोजिट बोलिया कदे उसने नहीं बोलिया उन्हें कहा कि असी बिल रद्द कराने हैं तो जेडे भी पंजाब के हितों की गल करते हैं दीप सिद्धू उन्होंने प्रमोट करता तो उन्होंने सपोर्ट करता ठीक है कि एक कुड़ी नू लोग टारगेट कर रहे हैं सोनिया मान टारगेट हुंदी है एक कुड़ी लगातार टारगेट हो रही है उसके पिता नू टारगेट किया जाता है देखो जी गल है कि अगर तो आप एक कुड़ी अगर आप जेंडर की गल करिए माड़ी गल है ठीक है जी पर जे आप एक पर्टिकुलर परसनैलिटी की गल करिए जो भी वो रिसपोंसीबिलिटी से लैके चल रहे हैं अगर वो आपकी रिसपोंसीबिलिटी तो कुछ थिड़कते हैं कुछ गलत करते हैं तो उन्होंने मुखालफत होगी उन्होंने ओपोजिशन के बोलिया जाऊगा ये मैंने नहीं लगता कुछ गलत गल हाँ गंदी लैंग्वेज बिलो द बेल्ट गल्लां यह नहीं करनी चाहिए चाहे वह कोई भी है चाहे मेल है चाहे फीमेल है बहुत सारिया फोटो के सवाल हो गए उगराहा साहब के नाल उन्होंने लिखा कि मेरे पिता समान ने मैनू पिता वर्गी उन्हां चों महसूस हुंदा उन्हां फोटोआं ते बहुत कुछ बोलिया गया जी हाँ बोलिया गया ये अपनी अपनी मानसिकता जी देखो मेरे हिसाब नाल नहीं बोलना चाहिए है ना अगर वो कह रही है कि मेरे पिता समान है तो बिल्कुल आपां रिस्पैक्ट देनी चाहिए है तो बट थोड़ा जहा आपां सोशली भी ध्यान रखना चाहिए भी किदां दी आपां अपने अपने पोजेस जां आपां जो भी फोटोआं बना के पाउने किदां दी आपां पाउणी चाहिए थोड़ा जहा आपां भी ख्याल रखना चाहिए भी जिहदा कोई विवाद ना उठे बाकी जो कह रही है कि जां कोई भी कुड़ी है कह रही है कि मेरे फादर नाल मेरी फोटो तो दी रिस्पैक्ट करनी चाहिए है डरपोक क्या थोनू एक इंटरव्यू च हुण उन्होंने कहा ये तो डरपोक हो गया यादगरे आल के आपकी गल तो मुकरन वाली गल देखो जी मैं किसी गल तो नहीं मुकरिया पहली गल तो डरपोक किस नूं कहने हो तुसीं डरपोक मेरे हिसाब नाल मैं डरिया किहड़ी गल तो डरिया मैं किसी गल तो नहीं डरिया मैं आपके भरावां नूं जवाब दिता आके जिहड़े मेरे भरा मेरे वीर जिहड़े मैनूं प्यार करदे आ उह मैनूं इस गल दा क्वेश्चन कर रहे सी वी तूं क्यों ओपोजिशन दे बंदिआं दे नाल बैठा जिहड़े जिन्हां करके भी इन्ना कुछ होया जिन्हां ने दीप दे खिलाफ इन्ना बोलिया तूं उहनां दी सपोर्ट क्यों कीती उह मेरे नाल इस गल तो नाराज़ सीगे क्योंकि उहनां नूं पूरी गल पता नहीं सी ते सिर्फ मैं उस चीज़ दा स्पष्टीकरण देण वास्ते आपके भरावों नूं मनाउण वास्ते मैं उत्थे यह गल लाइव होकर बोली और इन्हूं तुसीं डरपोक समझदे हो तो फिर मैं डरपोक हाँ मैं आपके भरावों वास्ते डरपोक हाँ जी कोई चक्कर नहीं पर जे मेरा अजमाना ही है तो फिर कोई दुश्मन लियाओ सामने फिर दसूंगा मैं डरपोक हाँ की है थोड़ा स्टैंड की है दीप नूं लै दीप मेरा भरा जी दीप नाल लैके मेरा यही स्टैंड है कि दीप गलत है ठीक है जो भी है मैं उहदे नाल हां ठीक है दीप मैंने जो भी हुक्म लाऊगा मैं उही करूँगा दीप मैंने कहूगा आ कर दे तो मैं कर दूंगा मैं नहीं सोचूंगा कि दीप ने की गलत किया जा ठीक किया मैं नहीं सोचता दीप ना मेरा प्यार ही इन्ना दीप गलत हो ठीक हो खड़े है दैट्स इट संघर्ष में कोई फर्क पिया हो वा मैं मैटर नहीं करता जिते दीप है वह मैं मैटर नहीं करता संघर्ष देखो वह मेरा भरा है ना अजदार तक कहता बहुत सारे आगू स्टेज तो गदार बोल के दीप सिद्धू तो गदार है
ਦੇਖੋ ਜੀ ਫਿਰ ਮੈਂ ਹੁਣ ਇਹੀ ਗੱਲ ਦੇਖੋ ਉਹਨਾਂ ਨੇ ਕਹਿ ਤਾ ਗੱਦਾਰ ਹੈ ਦੀਪ ਸਿੱਧੂ ਜੇ ਉਹ ਕਿਸੇ ਦਾ ਕੀ ਕਿਹਾ ਜੀ ਉਹਨਾਂ ਨੇ ਤਾਂ ਬਕਵਾਸ ਕਰਤੀ ਸੜਕ ਆਉਣ ਰਿਹਾ ਜੇਲ੍ਹ ਦੇ ਵਿੱਚ ਦੀਪ ਸਿੱਧੂ ਦੀ ਉਹਨਾਂ ਨੂੰ ਇਹ ਪਤਾ ਜਿਹੜੀ ਲਾਈਫ ਦੀਪ ਸਿੱਧੂ ਨੇ ਜਿਉਂ ਹੀ ਹੈ ਜਿਹੜੀ ਉਹ ਜਿਉਂਦਾ ਸੀ ਜੋ ਅਸੀਂ ਬੰਬੇ ਨਜ਼ਾਰੇ ਲੈਂਦੇ ਸੀ ਦੀਪ ਸਿੱਧੂ ਦੇ ਨਾਲ ਰਲ ਕੇ ਸੰਬੰਧੀ ਮੈਂ ਵੀ ਬਹੁਤ ਐਸ਼ ਕਰਦੇ ਜਿਸ ਲੈਵਲ 'ਤੇ 7-star ਲਾਈਫ ਅਸੀਂ ਜਿਉਂਦੇ ਸੀਗੇ ਕਈ ਲੋਕਾਂ ਨੇ ਤਾਂ ਜਿਹੜੇ ਆਪਦੇ ਉਹਨੂੰ ਵੱਡੇ ਕਹਾਉਂਦੇ ਰਹੇ ਉੱਦਾਂ ਦੀ ਲਾਈਫ ਡ੍ਰੀਮਸ ਦੇ ਵਿੱਚ ਵੀ ਨਹੀਂ ਸੋਚੀ ਹੋਣੀ ਜਿਹੜੀ ਕਿ ਅਸੀਂ ਜਿਉਂ ਰਹੇ ਸੀ ਉੱਥੇ ਜਿਹੜੀ ਕਿ ਦੀਪ ਹੰਡਾ ਰਿਹਾ ਸੀ ਲਾਈਫ ਅਤੇ ਅੱਜ ਉਹ ਕਿੱਥੇ ਆ ਕਿਹਦੇ ਕਰਕੇ ਆ ਉੱਥੇ ਇੱਕ ਗੰਦੀ ਜੇਲ੍ਹ ਦੇ ਵਿੱਚ ਸੜ ਰਿਹਾ ਕਿਉਂ ਸੜ ਰਿਹਾ ਕਿਹਦੇ ਕਰਕੇ ਸੜ ਰਿਹਾ ਪੰਜਾਬ ਵਾਸਤੇ ਸੜ ਰਿਹਾ ਪੰਜਾਬ ਦੇ ਲੋਕਾਂ ਵਾਸਤੇ ਸੜ ਰਿਹਾ ਫਿਰ ਤੁਸੀਂ ਕਿਸ ਮੂੰਹ ਦੇ ਨਾਲ ਗਦਾਰ ਕਹਿੰਦੇ ਹੋ ਜੋ ਦੀਪ ਸਿੱਧੂ ਨੇ ਝੱਲਿਆ ਉਹ ਇੱਕ ਥੋੜ੍ਹਾ ਜਿਹਾ ਝੇਲ ਕੇ ਤਾਂ ਦਿਖਾਓ ਨਾ ਫਿਰ ਤੁਸੀਂ ਗਦਾਰ ਕਿਹੋ ਜਿੰਨਾ ਕੁ ਦੀਪ ਨੇ ਝੇਲਿਆ ਉਹਨਾਂ ਉਹ ਤਾਂ ਤੁਸੀਂ 1% ਝੱਲ ਕੇ ਦਿਖਾ ਦਿਓ ਮੈਂ ਤੁਹਾਨੂੰ ਸਲੂਟ ਕਰੂੰਗਾ ਇਹੀ ਲਾਈਫ ਤਾਂ ਸੋਨੀਆ ਮਾਨ ਵੀ ਜਿੰਦੀ ਸੀ ਫਿਰ ਕਿੰਨੇ ਕਰੋੜਾਂ ਦੀਆਂ ਫਿਲਮਾਂ ਉਹ ਕਹਿੰਦੇ ਮੈਂ ਛੱਡ ਕੇ ਅੱਜ ਇੱਥੇ ਬੈਠੀ ਹਾਂ ਕਾਨਿਆਂ ਵਾਲੇ ਤੰਬੂ ਦੇ ਵਿੱਚ ਦੇਖੋ ਜੀ ਮੈਂ ਲੋਕ ਵੈਸੇ ਮੈਨੂੰ ਕਹਿ ਦਿੰਦੇ ਬੜਾ ਸਿੱਧਾ ਜਿਹਾ ਬੰਦਾ ਪਰ ਇੰਨਾ ਵੀ ਸਿੱਧਾ ਨਹੀਂ ਮੈਂ ਜੇ ਗੱਲਾਂ ਕਰਨ ਲੱਗ ਗਿਆ ਨਾ ਤਾਂ ਬਹੁਤ ਗੱਲਾਂ ਹੋ ਜਾਣਗੀਆਂ ਉੱਥੇ ਮੈਂ ਤੁਹਾਨੂੰ ਇੱਕ ਕਹਾਣੀ ਵੀ ਸੁਣਾ ਦਿੰਦਾ ਫਿਰ ਜੇ ਐਡੀ ਗੱਲ ਹੈ ਵੀ ਦੇਖੋ ਜੀ ਕਰੋੜਾਂ ਦੀਆਂ ਫਿਲਮਾਂ ਕਰਕੇ ਛੱਡ ਕੇ ਫਿਰ ਤੁਸੀਂ ਇੱਥੇ ਕੀ ਕਰਦੇ ਫਿਰਦੇ ਮੈਨੂੰ ਐਂ ਦੱਸੋ ਫਿਰ ਤੁਸੀਂ ਹੁਣ ਮੈਂ ਫਿਲਮ ਕਰ ਰਿਹਾ ਉਹ ਹੁਣ 1.5-2 ਲੱਖ ਰੁਪਏ ਦੇ ਵਿੱਚ ਤੁਸੀਂ ਕਿਉਂ ਫਿਲਮ ਕਰਦੇ ਹੋ ਫਿਰ ਕਰੋੜਾਂ ਦੀ ਫਿਲਮਾਂ ਛੱਡ ਕੇ ਔਰ ਜਿਹੜੀ ਫਿਲਮ ਦੀ ਗੱਲ ਸੋਨੀਆ ਕਰਦੀ ਆ ਵੀ ਮੈਂ ਉਹ ਫਿਲਮ ਕਰੀ ਆ ਉਹ ਮੈਨੂੰ ਲੱਗਦਾ ਹੀਰੋ ਨੇ ਵੀ ਨਹੀਂ ਦੇਖੀ ਹੋਣੀ ਆ ਫਿਲਮ ਉਹ ਐਡੀ ਵਾਹ ਜਾ ਤਾਂ ਥਰਡ ਕਲਾਸ ਫਿਲਮ ਹੈ ਫਿਰ ਮੈਂ ਸਿੱਧਾ ਹੋਵਾਂ ਤਾਂ ਫਿਰ ਮੈਂ ਇਹੀ ਆਖੂੰਗਾ ਹੀਰੋ ਐਂਡ ਹੀਰ ਸਮਥਿੰਗ ਫਿਲਮ ਹੈਗੀ ਆ ਹਿਮੇਸ਼ ਰੇਸ਼ਮੀਆ ਦੀ ਉਹ ਵੀ ਸਲਮਾਨ ਚਲੋ ਹੁਣ ਤੁਸੀਂ ਰਹਿਣ ਤੋਂ ਬਾਹਲਾ ਕੁਛ ਨਾ ਬੁਲਵਾਓ ਮੇਰੇ ਤੋਂ ਕਾਫੀ ਗੱਲਾਂ ਹੋ ਜਾਂਦੀਆਂ ਹੁੰਦੀਆਂ ਹਨ ਅਤੇ ਉਹ ਹਿਮੇਸ਼ ਰੇਸ਼ਮੀਆ ਦੀ ਫਿਲਮ ਹੈ ਜੀ ਉਹ ਅਤੇ ਉਹ ਆਈ ਸੀ ਮਤਲਬ ਦਾ ਜ਼ਿਕਰ ਕੀਤਾ ਤੁਸੀਂ ਹਾਂ ਸਲਮਾਨ ਭਾਈਜਾਨ ਸਲਮਾਨ ਐਕਚੁਲੀ ਉਹ ਫਿਲਮ ਕਿਉਂਕਿ ਸੋਨੀਆ ਨਾ ਕਾਫੀ ਉੱਥੇ ਕਹਿ ਰਹੀ ਸੀਗੀ ਮੈਨੂੰ ਫਿਲਮ ਦਵਾਓ ਕਿਉਂਕਿ ਸੋਨੀਆ ਨੇ ਵਿਚਾਰੀ ਨੇ ਬਥੇਰੀਆਂ ਸਰਜਰੀਆਂ ਫੇਸ ਦੀਆਂ ਕਰਾ ਕੇ ਆਪਦੀਆਂ ਅਤੇ ਉੱਥੇ ਕਿਹਾ ਕਿ ਮੈਂ ਇੰਨੀ ਆਹ ਕੀਤਾ ਉਹ ਕੀਤਾ ਅਤੇ ਮੈਨੂੰ ਮੈਂ ਇੰਨੀ ਮਿਹਨਤ ਕਰੀ ਆਪਦੇ ਫੇਸ 'ਤੇ ਅਤੇ ਮੈਨੂੰ ਤੁਸੀਂ ਕੰਮ ਨਹੀਂ ਦਿੰਦੇ ਨਹੀਂ ਕਰਦੇ ਉਹ ਨਹੀਂ ਕਰਦੇ ਉੱਥੇ ਸਲਮਾਨ ਖਾਨ ਦੇ ਗਰੁੱਪ ਦੇ ਵਿੱਚ ਜਾ ਕੇ ਕਿਹਾ ਤਾਂ ਫਿਰ ਸਲਮਾਨ ਖਾਨ ਦੇ ਗਰੁੱਪ ਨੇ ਸਿਰਫ ਉਹ ਹਿਮੇਸ਼ ਨੂੰ ਕਿਹਾ ਹੋਣਾ ਭਾਈ ਜਾਨ ਨੇ ਵੀ ਯਾਰ ਦੇ ਕੋਈ ਗੱਲ ਨਹੀਂ ਪੰਜਾਬ ਤੋਂ ਕੁੜੀ ਆਈ ਹੈ ਕੋਈ ਚੱਕਰ ਨਹੀਂ ਅਤੇ ਉਹਨਾਂ ਨੇ ਇਹ ਫਿਲਮ ਇੱਕ ਉਹਨਾਂ ਨੂੰ ਦਿੱਤੀ ਠੀਕ ਹੈ ਜੀ ਉਹ ਫਿਲਮ ਹੁਣ ਤੁਸੀਂ ਦੇਖੀ ਫਿਲਮ ਉਹ ਪਰਸਨਲ ਅਟੈਕ ਹੋ ਗਿਆ ਹੁਣ ਮੈਨੂੰ ਲੱਗਦਾ ਕਿ ਤੁਸੀਂ ਜੇ ਕਿਸੇ ਨੇ ਸਰਜਰੀ ਕਰਾਈ ਜਾਂ ਕੀ ਕੀਤਾ ਤਾਂ ਪਰਸਨਲ ਅਟੈਕ ਮੇਰੀ ਗੱਲ ਸੁਣੋ ਅਗਰ ਉਹਨੂੰ ਡਰਪੋਕ ਕਹਿਤਾ ਤਾਂ ਅੱਜ ਤੁਸੀਂ ਹੁਣ ਤੁਸੀਂ ਨਹੀਂ ਫਿਰ ਠੀਕ ਹੈ ਜੀ ਅਗਰ ਕੋਈ ਮੇਰੇ 'ਤੇ ਪਰਸਨਲ ਅਟੈਕ ਕਰੂਗਾ ਤਾਂ ਫਿਰ ਮੈਂ ਨਹੀਂ ਕਰ ਸਕਦਾ ਅਗਰ ਮੈਨੂੰ ਸ਼ਰਮ ਡਰਪੋਕ ਕਹਿ ਰਿਹਾ ਕੋਈ ਬੰਦਾ ਤਾਂ ਫਿਰ ਮੈਂ ਵੀ ਤਾਂ ਫਿਰ ਦੱਸੂਗਾ ਨਾ ਵੀ ਮੈਂ ਕਿੱਡਾ ਕੁ ਡਰਪੋਕ ਹੈ ਮੈਨੂੰ ਕੀ ਪਤਾ ਕੀ ਨਹੀਂ ਪਤਾ ਫਿਰ ਮੈਂ ਵੀ ਤਾਂ ਬੋਲੂੰਗਾ ਕਿਉਂ ਨਹੀਂ ਬੋਲੂੰਗਾ ਮੈਂ ਫਿਰ ਤਾਂ ਮੈਂ ਸੱਚੀ ਡਰਪੋਕ ਹੋ ਜਾਊਂਗਾ 1.5 ਲੱਖ ਤੁਸੀਂ ਕਹਿ ਰਹੇ ਹੋ 1.5 ਲੱਖ 'ਚ ਫਿਲਮ ਕਰ ਲਈ 1.5 ਕਰੋੜ ਦੀ ਫਿਲਮ ਛੱਡ ਕੇ ਦੇਖੋ ਜੇ ਇੰਨਾ ਹੀ ਸੀਗਾ 1.5 ਕਰੋੜ ਦੀ ਫਿਰ ਜਾਂ ਤਾਂ ਇਹ ਵੀ ਨਾ ਕਰਦੇ ਇਹਨੂੰ ਵੀ ਮਨਾ ਕਰ ਦਿੰਦੇ ਜਾਂ ਤਾਂ ਜੇ 9 ਕਰੋੜਾਂ ਦੀਆਂ ਫਿਲਮਾਂ ਛੱਡ ਕੇ ਆਏ ਫਿਰ ਇਹ ਫਿਲਮ ਕਿਉਂ ਕੀਤੀ ਇਹ ਵੀ ਛੱਡ ਦੇਣੀ ਸੀ ਸੰਘਰਸ਼ ਦੀ ਖਾਤਰ ਟਾਈਮ ਤਾਂ ਉਨਾ ਹੀ ਜਾਂਦਾ ਨਾ ਇੱਕ ਫਿਲਮ ਜਦੋਂ ਬਣਾਉਂਦੇ ਹਾਂ ਆਪਾਂ ਟਾਈਮ ਤਾਂ ਉਨਾ ਹੀ ਲੱਗਿਆ ਨਾ ਉੱਧਰ ਵੀ ਫਿਰ ਆਪਾਂ 1 ਕਰੋੜਾਂ ਦੀ ਫਿਲਮਾਂ ਛੱਡ ਕੇ ਲੱਖਾਂ ਲੱਖ 1.5-2 ਲੱਖ ਰੁਪਏ ਦੀ ਫਿਲਮ ਕਿਉਂ ਕਰ ਰਹੇ ਹਾਂ ਫਿਰ ਤਾਂ ਆਪਾਂ 1 ਕਰੋੜ ਰੁਪਏ ਦੀ ਫਿਲਮ ਕਰਕੇ ਆਉਂਦੇ ਉਹੀ 15 ਦਿਨ ਤੁਸੀਂ ਇੱਧਰ ਵੇਸਟ ਕੀਤੇ ਉਹੀ 15 ਦਿਨ ਉੱਧਰ ਵੇਸਟ ਹੋਣੇ ਸੀ ਫਿਰ ਤੁਸੀਂ 1 ਕਰੋੜ ਰੁਪਇਆ ਕਮਾਉਂਦੇ ਤੁਸੀਂ ਕਹਿ ਰਹੇ ਹੋ ਕਿ ਦੀਪ ਸਿੱਧੂ ਇੱਕ ਲਾਈਫ ਸਟਾਈਲ ਜਿਉਂਦਾ ਸੀ ਉਹ ਛੱਡ ਕੇ ਇੱਥੇ ਬੈਠਾ ਹੈ ਉਹੀ ਗੱਲ ਉਹ ਕਹਿ ਰਹੇ ਗੱਲ ਤਾਂ ਗੱਲ 'ਚ ਫਰਕ ਕੀ ਹੈ ਬਹੁਤ ਵੱਡਾ ਫਰਕ ਹੈ ਜੀ ਕਿੱਥੇ ਦੀਪ ਸਿੱਧੂ ਕਿੱਦਾਂ ਦੀਆਂ ਗੱਲਾਂ ਕਮਾਲ ਕਰੀ ਜਾਂਦਾ ਦੀਪ ਸਿੱਧੂ ਤਾਂ ਮਤਲਬ ਦਾ ਵੀ ਜਿਨ੍ਹਾਂ ਦੀਆਂ ਫਿਲਮਾਂ ਦੀ ਗੱਲ ਕਰਦੇ ਨੇ ਇਹ ਉਹਨੇ ਇੱਕ ਦੀ ਦੀਪ ਸਿੱਧੂ ਦੀ ਕਾਰ ਹੀ ਹੋਣੀ ਹੈ ਇੱਕ ਮੇਰੇ ਹਿਸਾਬ ਨਾਲ ਠੀਕ ਹੈ ਕਿ ਨਹੀਂ ਦੀਪ ਸਿੱਧੂ ਤੁਸੀਂ ਕੰਪੇਅਰ ਕਰ ਸਕਦੇ ਨਹੀਂ ਬਹੁਤ ਫਰਕ ਹੈ ਜੀ ਬਹੁਤ ਜ਼ਿਆਦਾ ਫਰਕ ਹੈ ਕਿੱਥੇ ਦੀਪ ਸਿੱਧੂ ਖੇਡਦਾ ਸੀ ਕਿਹੜੀਆਂ ਗੱਲਾਂ ਸੀ ਦੀਪ ਸਿੱਧੂ ਦੀਪ ਸਿੱਧੂ ਨੇ ਜੇ ਸੋਚਿਆ ਕਿ ਮੈਂ ਹੁਣ ਐਕਟਰ ਬਣਨਾ ਉਹਨੇ ਤਾਂ 5 ਫਿਲਮਾਂ ਆਪਦੀ ਜੇਬ 'ਚ ਬਣਾ ਲਈਆਂ ਫਿਰ ਉਹਨੇ ਤਾਂ 5 ਫਿਲਮਾਂ ਆਪਦੀ ਜੇਬ 'ਚ ਕ੍ਰੀਏਟ ਕਰਤੀਆਂ ਆਪਦੇ ਵਾਸਤੇ ਕੰਮ ਪੈਦਾ ਕੀਤਾ ਉਹਨੇ ਤਾਂ ਕਿਸੇ ਤੋਂ ਕੰਮ ਮੰਗਿਆ ਹੀ ਨਹੀਂ ਹੈ ਇਹ ਤੁਸੀਂ ਦੀਪ ਸਿੱਧੂ ਨਾਲ ਨਹੀਂ ਕੰਪੇਅਰ ਕਰ ਸਕਦੇ ਗਾਂ ਵੀ ਬਣ ਸਕਦੀਆਂ ਬਣਾਵਾਂਗੇ ਜੀ ਬਿਲਕੁਲ ਬਣਾਵਾਂਗੇ ਫਿਲਮਾਂ ਹੋਰ ਕੀ ਕਰਨਾ ਫਿਲਮਾਂ ਬਣਾਉਣੀਆਂ ਅਤੇ ਬਾਕੀ ਹੈ ਕਿ ਦੀਪ ਗਰਾਰੀ ਹੈ ਬਹੁਤ ਵੱਡੀ ਉਹਦਾ ਇਹ ਨਹੀਂ ਪਤਾ ਕਿ ਹੁਣ ਆਖੇ ਵੀ ਨਹੀਂ ਹੁਣ ਆਪਾਂ ਪੰਜਾਬ ਵਾਸਤੇ ਲੜਨਾ ਹੀ ਆ ਹੁਣ ਪੂਰਾ ਖੁੱਲ੍ਹ ਕੇ ਲੜਨਾ ਪਰ ਉਹਨੂੰ ਅਸੀਂ ਫਿਲਮਾਂ ਹੀ ਬਣਾਵਾਂਗੇ ਯਾਰ ਐਸੀ ਗੱਲ ਨਹੀਂ ਕਿਉਂਕਿ ਮੈਂ ਜ਼ੋਰ ਪਾਊਂਗਾ ਕਿ ਨਹੀਂ ਫਿਲਮਾਂ ਵੀ ਕਰਨੀਆਂ ਅਸੀਂ ਫਿਲਮਾਂ ਵੀ ਬਣਾਵਾਂਗੇ ਅਤੇ ਬਾਕੀ ਜੋ ਉਹਦਾ ਉਹਦੀ ਆਪਦੀ ਦੀਪ ਦੀ ਹੈਗੀ ਹੈ ਕਿ ਮੈਂ ਪੰਜਾਬ ਵਾਸਤੇ ਲੜਨਾ ਤਾਂ ਉਹਦੇ ਨਾਲ ਵੀ ਅਸੀਂ ਖੜਾਂਗੇ ਜੇ ਉਹ ਪੰਜਾਬ ਵਾਸਤੇ ਅੱਗੇ ਲੜਨਾ ਚਾਹੂਗਾ ਤਾਂ ਅਸੀਂ ਉਹਨੂੰ ਪਿੱਛੇ ਖੜਾਂਗੇ ਅਤੇ ਬਿਲਕੁਲ ਸਪੋਰਟ ਕਰਾਂਗੇ ਉਹਨੂੰ ਜਿਹੜੀ ਹੁਣ ਤੱਕ ਕਰਦੇ ਹਾਂ ਅੱਗੇ ਵੀ ਅਸੀਂ ਕਰਾਂਗੇ ਅਸੀਂ ਮੈਨੂੰ ਇਹ ਦੱਸੋ ਕਿ ਬਹੁਤ ਗੱਲਾਂ ਹੁੰਦੀਆਂ ਕਿ ਚੋਣਾਂ ਲੜਨ ਵਾਸਤੇ ਸਾਰਾ ਕੁਝ ਕੀਤਾ ਗਿਆ ਸਿਆਸਤ 'ਚ ਆਉਣਾ ਸੀ ਸ਼ਾਇਦ ਤੁਸੀਂ ਤਾਂ ਇੰਨੇ ਨੇੜੇ ਹੋ ਤੁਸੀਂ ਕਹਿ ਰਹੇ ਹੋ ਮੇਰਾ ਭਰਾ ਹੈ ਤੁਹਾਡੇ ਨਾਲ ਤਾਂ ਇਹ ਗੱਲਬਾਤ ਕੀਤੀ ਹੋਣੀ ਹੈ ਦੇਖੋ ਜੀ ਦੀਪ ਨੇ ਕਦੇ ਵੀ ਇਹ ਨਹੀਂ ਆਖਿਆ ਕਿ ਮੈਂ ਇਲੈਕਸ਼ਨ ਲੜੂੰਗਾ ਉਹਨੇ ਕਿਹਾ ਸੀਗਾ ਕਿ ਇੱਕ ਇਹੋ ਜਿਹੀ ਆਪਾਂ ਧਿਰ ਇੱਕ ਇਹੋ ਜਿਹੀ ਪਾਰਟੀ ਜਿਹੜੀ ਕਿ ਦੇਖੋ ਉਹ ਪੰਜਾਬ ਦਾ ਨਾ
ठीक है, ईमानदार पार्टी किवें रहेगी? भी कोई भी बंदा जो पावर चाहता पैसा देखता तो बड़िया बड़े का दिमाग हिल जाता है ना, तो इस करके उन्हें यह कहा कि मैं लीडर नहीं बनूंगा, मैं एक पार्टी खड़ी करके उसके ऊपर एक वो ग्रुप बना के रखूंगा जिहड़ा कि उत्ते कुंडा मार के रखेंगे, जिहड़े कि जो गलत जाने की कोशिश करेंगे तो असं उन्होंने उपरों टोकेंगे भाई तू गलत है ये असं तैनू नहीं कर देवे, भी असं उस पास बैठेंगे, असं आपकी पार्टी खड़ी करके भी उस पार्टी के ओपोजिट खड़े होवेंगे, तुम कम करो असं थोड़ू जो तुम गलत करोगे तो थोड़ा रोकेंगे। दीप सिद्धू का सोच है, वो यही विचार ने, यह मेरे नाल गल भी हुई है कि आप मैं MLA MP नहीं बनूंगा, मैं बनाऊंगा और पार्टी खड़ी करूंगा, पार्टी वास्ते मतलब एक पार्टी होगी जी कि पंजाब की रूलिंग पार्टी होगी, पंजाब नूं रूल करूगी, पंजाब की तरक्की वास्ते वर्क करूगी, असी उन्हां दे ओपोजिट दे विच रहांगे भी तुसीं कम करो, असी अगर तुसीं कुछ गलत करोगे तो असी एज आ आवाम थोड़े ओपोजिट थोड़े बोलांगे तो थोड़ा गाइड करांगे। जे जोरे का किरदार तो नहीं सिर चढ़ के बोलन लग गया भी जोरे च इस तरह हो गया सी तो शायद असल जिंदगी च भी ऐ हो जूगा? नहीं नहीं, दीप बड़ा इंटैलीजेंट और बड़ा हाईली एजुकेटेड बंदा है ना, कोई इदा दा होशा आदमी तो है नहीं गा, वह फिल्म एक फिल्म होंदी है, एक एंटरटेनमेंट है, उन्होंने जिउणा एक वक्री गल आ, भी एक जनून होंदा, वैसे लोग जिउंदे ने। ओह जी कहानी नहीं लग रही, फिल्म वर्गी कहानी नहीं लग रही, बिल्कुल फिल्म। जेल जाना दीप सिद्धू उहदे च जेल जांदा, इहदे इत्थे जेल जा रहा है, हुण तुसीं कह रहे हो कि पार्टी बना सकदा सी उत्थे भी यही इलैक्शन लड़दा जाके। देखो जी फिल्म जिहड़ी हुंदी है ना, फिल्म की हुंदा गा, फिल्म समाज के विचों एक 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 आइडिया समाज के विचों लिया, समाज सानू एक आइडिया दिंदा, असीं उस आइडिया नूं डिवेलप करदे आ, उसनूं असीं पर्दे ते लैके आउने आ, फिल्म बनाउने आ, ते वापस समाज के विच चली जांदी, उह चीज़ एक गल समाज के विच उठदी आ, उस उह एक क्रिएटिव बंदे दे दिमाग च जांदी आ, क्रिएटिव बंदे दे दिमाग तों कैमरे च आउंदी आ, कैमरे तों कंप्यूटर ते जांदी आ, कंप्यूटर तों एडिटर उहनूं बना के ते वापस पर्दे ते आउंदा, पर्दे दे नाल उह वापस समाज के विच आ जांदी आ, समाज दीआं गल्लां समाज के विच आ जांदीआं, ते इह उही चीज़ है एक तरह की। जोरा दी जिहड़ी स्टोरी आ उह नीयर टू लाइफ है, जो अज कल हुंदा जिंदगी दे विच आम हो रहा, वो बाय चांस कोइंसीडेंस ला लो हो ही उदा रहा जिवें जोरा दे विच सीगा, जो पोलीटिकल ड्रामा उहदे विच कीता गया, जो भी गैंगस्टर लाइफ स्टाइल दिखाया गया, हुण दीप सिद्धू गैंगस्टर तां खैर है नहीं सी किते वी, ते उह तां इक हाईली एजुकेटड बंदा सीगा, तो उहदे दिमाग दे विच विचार सीगे, पंजाब प्रति प्यार सीगा, ते उस नूं लै के उह फैडरल ढांचे दीआं गल्लां जां होर भी खुद मुख्तियारी पंजाब दे पाणीआं दीआं सारियां जिन्ने पंजाब दे हक है जिहड़े कि पंजाब तों खुस रहे सी उहनां दी उह गल करदा, ते स्टेज ते वी आही गल करदा, इस करके वो थोड़ा बहुत कितने कितने कोइंसीडेंस हो गया। गल तो किसानी की हो रही थी, ये बड़ा सवाल उठता है कि जो गल किसानी की हो रही थी तो फिर फैडरल ढांचे और इन गलों तक जाने की की लोड़ सी? देखो जी ये चीज़ दे नाल जुड़ी हुई है, फैडरल ढांचे दे नाल किसानी, देखो साडा पंजाब जिहड़ा हैगा, पंजाब की मेन इकोनमी किहड़े ते खड़ी हुई है, एग्रीकल्चर ते खड़ी हुई है, ठीक है जी, एग्रीकल्चर साडी मेन कैपिटल जिहड़ी हैगी है पंजाब की, एग्रीकल्चर है, साडे कोल कोई इंडस्ट्रियां तो है नहीं गियां, असी तो इसे ते ही है, एक फसल आउंदी है पंजाब की आवाम की जेब च पैसा आउंदा, वो मार्केट जाती है तो मार्केट घूमती है तो पूरा यह सिस्टम घूमता। जिहड़ी गल आपां फैडरल ढांचे की गल करते हैं, फैडरल ढांचे के विच की है, खुद मुख्तियारी की गल ही है, असी आपके हकों की गल ही की है ना, कि जो किसानी के हक ने, पहली गल तो यह है कि जेहड़े हुण आपां कानूनों की गल करिए, कानून जेहड़े सेंटर ने बनाते हैं यही गल दीप करते कि उन्होंने कोल हक ही नहीं है ये कानून बनाउण दा, ठीक है ना, यही गल कर रहे, फैडरल ढांचे दे विच की है खुद मुख्तियारी, सारे हक साडे कोल होने चाहिए, स्टेट दे हक है जिहड़े स्टेट नूं मिलने चाहिए है, ते उहदे स्टेट दे विच साडे एग्रीकल्चर दे हक ही है सारे, ठीक है ना, पाणियां दीआं गल्लां, ठीक है, जिहड़ा तुसीं अपना आनंदपुर साहब वाला जिहड़ा मता उह तुसीं देख लो, उह च की है सारा एग्रीकल्चर नाल रिलेटड गल्लां बातां ने सारियां, ठीक है, तो फिर फैडरल ढांचा किसानी के नाल जुड़िया होया, इस करके उहदी गल बार बार की क्यों उठे दीप, ते नीयत ते क्यों सवाल उठ गए, लोगों ने कहता कि भाजपा का प्लांटड बंदा? देखो जी गल्लां तां हुंदियां हुंदियां ना, ओपोजिशन कुछ ना कुछ तो कहिंदे हुंदे ना, कुछ तो लोग कहेंगे लोगों का काम है कहना, हुण लोगों ने तो कुछ कहना सी, लोगों को कुछ होर मिलिया नहीं, दीप दीआं गल्लां नहीं जां तां लोगों ने समझ आईआं, जिहड़े कई लोगों के कद बौणे लगन लगे सी, उन्होंने दीप दी इंटैलीजेंस दे मूहरे, दीप दी अकल दे मूहरे, दीप दी जिहड़ी सोच है जां उहदी जो एजुकेशन है, कौन ऐसा बंदा जिहदा कौन ऐसा महसूस कर, पर्टिकुलर नहीं कह सकते भाजी, जिन्हें भी अपने पोलीटिकल लीडरस हैगे ने जां होर जिन्हां ने भी सारे जिहड़े कहिंदे ने कि भाजपा का बंदा, उन्होंने डर लगन लग गया सीगा, ये भाजपा का बंदा कह के आपका खेड़ा छड़ाया उन्होंने, ठीक है कि नहीं, भाजपा का बंदा कह के दीप नूं पासे कर दिता गया, भाजपा का बंदा तो की मतलब है, मतलब तुम किवें कह रहे हो भाजपा का बंदा, भी उहदियां मोदी जी नाल फोटोआं जां सनी फोटोआं शेयर करते हो, वो कहिंदे अमित शाह नाल मोदी नाल फोटोआं ने, अच्छा मैं तुहानूं सनी देओल दे क्लोज रहा, सनी देओल तो नेड़े तो मोदी अमित शाह दे इस वेले कोई नहीं, अच्छा फिर इहदा मतलब कि भाजपा का बंदा हो गया, यदा मतलब फिर होर जे अपने लीडर ने जे आपके आपको कहें भी असं नहीं है, जो होर करप्ट लीडर ने उन्होंने दोटो तो फिर उन्होंने बंद हो गए जी, फिर यदा मतलब तो ये आप कह सकते हैं, मैं फोटो होर फिर मैं थोड़ा होर बथेरिया दोटो दिखा देना थोड़ा लीडरस के, फिर उन्होंने बंदा मतलब फिर वो भी संसीयर नहीं है किसानी के,
ਠੀਕ ਹੈ ਕਿ ਨਹੀਂ, ਫਿਰ ਤਾਂ ਉਹ ਵੀ ਸੰਸੀਅਰ ਨਹੀਂ ਹੈਗੇ। ਮੈਂ ਹੁਣ ਪਰਟੀਕੁਲਰਲੀ ਕਿਸੇ ਦਾ ਨਾਂ ਨਹੀਂ ਲੈ ਸਕਦਾ, ਪਰ ਬਹੁਤ ਬੰਦੇ ਨੇ ਜਿਹੜੇ ਕਿਸਾਨ ਬਣੇ ਹੋਏ ਨੇ, ਲੀਡਰ ਬਣੇ ਹੋਏ ਨੇ ਅੱਗੇ, ਪਰ ਉਹਨਾਂ ਦੀਆਂ ਜਿਹੜੇ ਕਹਿੰਦੇ ਨੇ ਕਿ ਦੀਪ ਸਿੱਧੂ ਬੀਜੇਪੀ ਦਾ ਬੰਦਾ, ਆਰਐਸਐਸ ਦਾ ਬੰਦਾ, ਅਤੇ ਉਹਨਾਂ ਦੀਆਂ ਫੋਟੋਆਂ ਮੈਂ ਦਿਖਾ ਦਿੰਦਾ, ਉਹ ਉਹਨਾਂ ਹੀ ਲੋਕਾਂ ਦੇ ਨਾਲ, ਅਤੇ ਫਿਰ ਇਹਦਾ ਮਤਲਬ ਉਹ ਵੀ ਫਿਰ ਉਹੀ ਹੋ ਗਿਆ। ਜਾਂ ਤਾਂ ਕੋਈ ਠੋਸ ਸਬੂਤ ਹੈਗਾ ਤਾਂ ਤੁਸੀਂ ਦਿਖਾਓ, ਇਹ ਥੋੜ੍ਹੀ ਨਾ ਗੱਲ ਹੁੰਦੀ ਹੈਗੀ। ਦੀਪ ਸਿੱਧੂ ਇੱਕ ਸਨੀ ਦਿਓਲ ਦਾ ਆਪਣਾ ਸਨੀ ਦਿਓਲ ਦਾ ਵਕੀਲ ਹੈ, ਵਕੀਲ ਆ ਉਹ, ਵਕੀਲ ਇਕੱਲੇ ਸਨੀ ਦਿਓਲ ਦਾ ਨਹੀਂ, ਹੋਰ ਵੀ ਬਥੇਰਿਆਂ ਦਾ ਉਹ ਲੀਗਲ ਐਡਵਾਈਜ਼ਰ ਹੈ, ਅਤੇ ਇਸ ਕਰਕੇ ਉਹਨਾਂ ਦੇ ਕਲੋਜ਼ ਹੈ। ਕਲੋਜ਼ ਹੋਣ ਕਾਰਨ ਦੀਪ ਸਿੱਧੂ ਸਿਰਫ ਸਨੀ ਦਿਓਲ ਦਾ ਖਾਸ ਹੋਣ ਕਰਕੇ ਦੀਪ ਉਹਦਾ ਮਤਲਬ ਉਹਦੀ ਹਰ ਗੱਲ ਦੇ ਵਿੱਚ ਧਿਆਨ ਰੱਖਦਾ ਸੀਗਾ ਦੀਪ, ਠੀਕ ਹੈ, ਉਹਦਾ ਪੂਰਾ ਲੈਣ ਦੇਣ ਸਭ ਕੁਛ ਦੀਪ ਹੀ ਦੇਖਦਾ ਸੀ, ਸਨੀ ਦਾ, ਇਕੱਲੇ ਸਨੀ ਦਾ ਨਹੀਂ ਹੋਰ ਵੀ ਬਹੁਤ ਲੋਕਾਂ ਦਾ ਦੇਖਦਾ ਸੀ, ਪਰ ਇੱਥੇ ਗੱਲ ਸਨੀ ਦਿਓਲ ਦੀ ਆਈ ਹੈ, ਤਾਂ ਕਰਕੇ ਮੈਂ ਸਨੀ ਨੂੰ ਪਰਟੀਕੁਲਰਲੀ ਅੰਡਰਲਾਈਨ ਕਰ ਰਿਹਾ। ਸਨੀ ਬੀਜੇਪੀ 'ਚ ਆਇਆ ਕਿਉਂਕਿ ਸਨੀ ਦੀ ਫੈਮਿਲੀ ਸਾਰੀ ਬੀਜੇਪੀ 'ਚ ਸੀ, ਹੇਮਾ ਜੀ ਬੀਜੇਪੀ, ਧਰਮ ਜੀ ਨੇ ਬੀਜੇਪੀ ਪਿੱਛੋਂ ਇਲੈਕਸ਼ਨ ਲੜੀ, ਤਾਂ ਆਟੋਮੈਟਿਕਲੀ ਸਨੀ ਨੇ ਵੀ ਬੀਜੇਪੀ 'ਚ ਆਉਣਾ ਸੀਗਾ। ਕੈਰੀਅਰ ਸਨੀ ਦਾ ਹੁਣ ਖਤਮ ਹੀ ਸੀਗਾ ਤਕਰੀਬਨ, ਏਜ ਹੋ ਗਈ ਸੀ, ਹੁਣ ਉਹਨੇ ਹੁਣ ਕਿਤੇ ਨਾ ਕਿਤੇ ਤਾਂ ਜੰਪ ਕਰਨਾ ਹੀ, ਚਲੋ ਪੋਲੀਟਿਕਸ ਤਾਂ ਵਧੀਆ, ਹੋਰ ਕੀ ਹੋ ਸਕਦਾ, ਫੇਮ 'ਚ ਬੰਦਾ ਸੀਗਾ, ਲੋਕ ਜਾਣਦੇ ਸੀ, ਤਾਂ ਫੈਮਿਲੀ ਉਹਦੀ ਪਹਿਲਾਂ ਹੀ ਪੋਲੀਟੀਕਲ ਸੀਗੀ ਪਿੱਛੋਂ, ਅਤੇ ਉਹਨੇ ਆਖਿਆ ਚਲੋ ਆਪਾਂ ਵੀ ਪੋਲੀਟਿਕਸ ਦੇ ਵਿੱਚ ਟਰਾਈ ਕਰਦੇ ਹਾਂ। ਸਨੀ ਦਿਓਲ ਬੀਜੇਪੀ 'ਚ ਆਇਆ ਅਤੇ ਇਹ ਤਾਂ ਲੀਗਲ ਐਡਵਾਈਜ਼ਰ ਸੀਗਾ, ਇਹਨੂੰ ਉਹਦੇ ਨਾਲ ਜਾਣਾ ਪੈਣਾ ਹੀ ਸੀਗਾ, ਇਹਨੇ ਉਹਨੂੰ ਐਡਵਾਈਸ ਦੇਣੀ ਸੀ ਭਾਅ ਜੀ ਆਪਾਂ ਐਂ ਕਰਨਾ ਉਹ ਕਰਨਾ, ਇਸ ਕਰਕੇ ਉਹ ਸਨੀ ਦਿਓਲ ਦੇ ਨਾਲ ਆਇਆ। ਜੋ ਸਨੀ ਦਿਓਲ ਬੀਜੇਪੀ 'ਚ ਗਿਆ ਤਾਂ ਉੱਥੇ ਮੁਲਾਕਾਤਾਂ ਹੁੰਦੀਆਂ ਸੀ, ਇਹ ਨਾਲ ਹੁੰਦਾ ਸੀਗਾ, ਅਤੇ ਉੱਥੇ ਫਿਰ ਦੋ ਫੋਟੋਆਂ ਖਿਚਾ ਲਈਆਂ, ਤਾਂ ਉਹਦੇ ਨਾਲ ਯਾਰ ਕੋਈ ਬੀਜੇਪੀ ਦਾ ਬੰਦਾ ਥੋੜ੍ਹੀ ਨਾ ਹੋ ਗਿਆ। ਤੁਹਾਨੂੰ ਨੀਅਤ ਅਤੇ ਇੰਟੈਂਸ਼ਨ 'ਤੇ ਕੋਈ ਸ਼ੱਕ ਨਹੀਂ? ਮਤਲਬ ਹੀ ਨਹੀਂ ਹੈ ਸਰ, ਜੇ ਕੋਈ ਇੱਦਾਂ ਦੀ ਗੱਲ ਹੋ ਜਾਵੇ ਤਾਂ ਮੈਂ ਗੱਲ ਲਾ ਦੂੰਗਾ। ਹੋਰ ਬੋਲੋ। ਤੁਸੀਂ ਕਹਿੰਦੇ ਹੋ ਕਿ ਭਰਾ ਹੈ ਤੁਹਾਡਾ, ਇੰਨਾ ਕੀ ਰਿਫਟ ਪੈ ਗਿਆ ਕਿ ਤੁਹਾਨੂੰ ਆਪਦੀ ਕੋ ਸਟਾਰ ਦੇ ਖਿਲਾਫ, ਉਹ ਤੁਹਾਡੇ ਖਿਲਾਫ, ਤੁਸੀਂ ਉਹਦੇ ਖਿਲਾਫ ਅੱਜ ਬੋਲਣਾ ਪੈ ਗਿਆ? ਨਹੀਂ, ਮੈਂ ਦੀਪ ਕਰਕੇ ਨਹੀਂ ਉਹਦੇ ਖਿਲਾਫ ਬੋਲ ਰਿਹਾ, ਸੋਨੀਆ ਨਾਂ ਦੇ ਖਿਲਾਫ ਮੈਂ ਦੀਪ ਕਰਕੇ ਨਹੀਂ ਬੋਲਿਆ, ਨਾ ਹੀ ਸੋਨੀਆ ਦੇ ਖਿਲਾਫ ਮੈਂ ਬੋਲਣਾ ਚਾਹੁੰਦਾ, ਨਾ ਹੀ ਮੈਂ ਬੋਲ ਰਿਹਾ, ਪਰ ਸੋਨੀਆ ਜਿਹੜੀ ਆ ਬਿਆਨ ਜੇ ਦਿੱਤਿਆ, ਇਹ ਬਕਵਾਸ ਕਰਨ ਦੀ ਕੀ ਲੋੜ ਆ? ਠੀਕ ਆ, ਚਲੋ ਆਪਾਂ ਇੰਟਰਵਿਊ ਕੀਤੀ, ਗੱਲ ਖਤਮ ਹੋ ਗਈ, ਡਰਪੋਕ ਹੈ, ਫਲਾਣਾ ਤੁਮਕਾਨਾ, ਯਾਰ ਇੱਕ ਇੰਟਰਵਿਊ ਕਰੀ, ਗੱਲ ਖਤਮ। ਉਦੋਂ ਬਾਅਦ ਮੇਰੇ ਆਪਣੇ ਮੇਰੇ 'ਤੇ ਗੁੱਸੇ ਹੋਏ, ਕਿਉਂਕਿ ਉਹਨਾਂ ਦੀ ਕੁਛ ਹੋਣੀ ਆ, ਕਿਉਂਕਿ ਉਹ ਬਹੁਤ ਦੇਰ 'ਤੇ ਸਟਰਗਲ ਕਰ ਰਹੇ ਸੀ ਉੱਥੇ, ਕਿਉਂਕਿ ਇਹਨਾਂ ਨੇ ਉੱਥੇ ਧਰਨੇ ਦੇ ਵਿੱਚ ਕਾਫੀ ਕੁਛ ਬੋਲਿਆ, ਜਿਹੜੇ ਕਿ ਆਪੋਜਿਟ ਲੋਕ, ਜਿਨ੍ਹਾਂ ਨੂੰ ਆਪੋਜਿਟ ਕਹਿੰਦੇ ਨੇ, ਵੈਸੇ ਤਾਂ ਕੋਈ ਆਪੋਜਿਟ ਨਹੀਂ ਹੈ, ਮੋਰਚਾ ਸਾਰਿਆਂ ਦਾ ਸਾਂਝਾ, ਸਾਰੇ ਇੱਕ ਹੋਣੇ ਚਾਹੀਦੇ ਆ, ਕਿਉਂਕਿ ਸਾਡੀ ਲੜਾਈ ਆਪਸ 'ਚ ਨਹੀਂ ਹੈਗੀ, ਲੜਾਈ ਮੋਦੀ ਖਿਲਾਫ ਹੈ, ਮੋਦੀ ਸਰਕਾਰ ਖਿਲਾਫ ਹੈ। ਇਹ ਬੇਵਕੂਫੀਆਂ ਗੱਲਾਂ ਨੇ ਜਿਹੜੀਆਂ ਆਪਸ 'ਚ ਲੜੀ ਜਾਂਦੇ ਨੇ, ਇੱਕ ਦੂਜੇ 'ਤੇ ਸਰਟੀਫਿਕੇਟ ਗਦਾਰੀ ਦੇ ਜਾਂਦੇ ਨੇ। ਇਹਨਾਂ ਨੇ ਕੀਤੀਆਂ, ਇਹਨਾਂ ਨੇ ਸ਼ੁਰੂ ਕਰੀਆਂ ਜੀ, ਇਹਨਾਂ ਨੇ ਹੀ ਸ਼ੁਰੂ ਕਰੀਆਂ, ਇਹਨਾਂ ਨੇ ਗਦਾਰੀ ਦੇ ਸਰਟੀਫਿਕੇਟ ਦਿੱਤੇ। ਕੀ ਲੋੜ ਸੀ ਸੋਨੀਆ ਨੂੰ ਸਟੇਜ 'ਤੇ ਚੜ੍ਹ ਕੇ ਉੱਥੇ ਦੀਪ ਦੇ ਖਿਲਾਫ ਜ਼ਹਿਰ ਉਗਲਣ ਦੀ, ਲੱਖੇ ਦੇ ਖਿਲਾਫ ਜ਼ਹਿਰ ਉਗਲੀ ਉਹਨੇ ਉਸ ਗੱਲ ਤੋਂ, ਜਿਹੜੇ ਲੱਖੇ ਨੂੰ ਅਤੇ ਦੀਪ ਨੂੰ ਪਿਆਰ ਕਰਦੇ ਸੀ ਉਹ ਇਹਦੇ ਓਪੋਜ਼ਿਟ ਹੋ ਗਏ। ਜਦੋਂ ਇਹਦੇ ਓਪੋਜ਼ਿਟ ਹੋ ਗਏ ਨੇ, ਸਾਰੇ ਬੰਦੇ ਇਹਦੇ ਖਿਲਾਫ਼ ਬੋਲਣ ਲੱਗ ਗਏ, ਗਾਲਾਂ ਦੇਣ ਲੱਗ ਗਏ, ਕਿਉਂਕਿ ਆਵਾਮ ਕੁਛ ਵੀ ਬੋਲੂਗੀ ਜੀ, ਸਿੱਧੀ ਜੀ ਗੱਲ ਆ। ਅਤੇ ਉਸ ਕਰਕੇ, ਅੱਛਾ ਅਸੀਂ ਫਿਲਮ ਇਕੱਠੇ ਕਰ ਰਹੇ ਸੀਗੇ, ਫਿਲਮ ਇਕੱਠੇ ਕਰ ਰਹੇ ਸੀਗੇ, ਤਾਂ ਉੱਥੇ ਅਸੀਂ ਇਕੱਠੇ ਹੋਏ ਤਾਂ ਉੱਥੇ ਆ ਗੱਲਾਂ ਹੋਈਆਂ, ਆਪਾਂ ਲਾਈਵ ਹੋ ਗਏ, ਲਾਈਵ ਹੋ ਗਿਆ। ਜਿਹੜੇ ਦੀਪ ਨੂੰ ਲੱਖੇ ਨੂੰ ਪਿਆਰ ਕਰਦੇ ਸੀ, ਮੈਨੂੰ ਵੀ ਪਿਆਰ ਕਰਦੇ ਆ, ਉਹਨਾਂ ਨੇ ਮੈਨੂੰ ਕੁਸ਼ਚਨ ਕੀਤਾ, ਮੇਰੇ ਨਾਲ ਗੁੱਸੇ ਹੋਏ ਵੀ ਯਾਰ ਜਿਨ੍ਹਾਂ ਨੇ ਸਾਨੂੰ ਇੰਨਾ ਕੁਛ ਬੋਲਿਆ, ਤੂੰ ਉਹਨਾਂ ਦੇ ਨਾਲ ਬੈਠ ਕੇ ਇੰਟਰਵਿਊ ਕੀਤੀ, ਤਾਂ ਮੈਂ ਆਪਦਾ ਸਪਸ਼ਟੀਕਰਨ ਦਿੱਤਾ, ਇਹਦੇ ਨਾਲ ਮੈਂ ਡਰਪੋਕ ਹੋ ਗਿਆ। ਸੁਣਿਆ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਕਿ ਡਰਪੋਕ ਹੈ। ਤੁਸੀਂ ਚਲੋ ਉਦੋਂ ਕੈਮਰੇ 'ਤੇ ਲਾਈਵ ਹੋ ਗਏ, ਉਦੋਂ ਇਲਾਵਾ ਚਰਚਾ ਨਹੀਂ ਹੋਈ? ਹੁਣ ਆਪਣੀ ਵੀ ਇੰਟਰਵਿਊ ਤੋਂ ਪਹਿਲਾਂ ਲੰਬੀ ਚਰਚਾ ਹੋਈ ਬਹੁਤ ਸਾਰੀਆਂ ਗੱਲਾਂ ਦੇ ਉੱਤੇ, ਤਾਂ ਕੀ ਤੁਹਾਡੀ ਉਦੋਂ ਪਹਿਲਾਂ ਚਰਚਾ ਨਹੀਂ ਹੋਈ ਕਦੇ ਦੀਪ ਨੂੰ ਲੈ ਕੇ, ਲੱਖੇ ਨੂੰ ਲੈ ਕੇ, ਜਥੇਬੰਦੀਆਂ ਨੂੰ ਲੈ ਕੇ? ਬਈ ਹੁੰਦੀ ਰਹਿੰਦੀ ਸੀ, ਅਸੀਂ ਅਕਸਰ ਜਦੋਂ ਹੋਟਲ ਤੋਂ ਸੈੱਟ 'ਤੇ ਆਉਂਦੇ ਸੀ ਨਾ, ਤਾਂ ਅਸੀਂ ਗੱਡੀ 'ਚ ਆਉਂਦੇ ਸੀ ਇੱਕ 'ਚ, ਠੀਕ ਹੈ, ਅਸੀਂ ਗੱਡੀ ਸ਼ੇਅਰ ਕਰਦੇ ਸੀ ਦੋਨੇ ਜਾਣੇ, ਗੱਲਾਂ ਬਾਤਾਂ ਕਰਦੇ ਹੋ, ਕਿਉਂਕਿ ਕਾਫੀ ਲੰਬਾ ਰਸਤਾ ਸੀਗਾ, ਅਸੀਂ ਚਲ ਟਾਈਮ ਪਾਸ ਕਰਦੇ ਚੱਲਾਂ, ਗੱਲਾਂ ਬਾਤਾਂ ਕਰਦੇ ਚੱਲਾਂਗੇ। ਕਲੀਅਰ ਕਰੋ, ਇਹ ਸ਼ੂਟਿੰਗ ਸੰਘਰਸ਼ ਦੇ ਦੌਰਾਨ ਹੋਈ ਕਿ ਸੰਘਰਸ਼ ਤੋਂ ਪਹਿਲਾਂ? ਹੁਣੀ ਚੱਲ ਰਹੀ ਹੈ, ਹੁਣ ਚੱਲ ਹੀ ਰਹੀ ਆ, ਇੱਕ ਦੋ ਦਿਨ ਹੋਏ ਖਤਮ ਹੋਈ ਨੂੰ ਹਲੇ, ਇਸ ਸੰਘਰਸ਼ ਦੇ ਦੌਰਾਨ ਹੀ ਚੱਲ ਰਹੀ ਹੈ, ਦੌਰਾਨ ਹੀ ਚੱਲ ਰਹੀ ਹੈ, ਠੀਕ ਹੈ। ਫਿਰ ਦੱਸੋ ਕੀ ਹੋਇਆ? ਉੱਥੋਂ ਅਕਸਰ ਗੱਲਾਂ ਹੁੰਦੀਆਂ ਸੀਗੀਆਂ, ਠੀਕ ਹੈ ਕਿ ਨਹੀਂ, ਕਿਉਂਕਿ ਸੋਨੀਆ ਕਾਫੀ ਐਕਟਿਵ ਆ ਅੱਜ ਕੱਲ੍ਹ ਧਰਨੇ ਦੇ ਵਿੱਚ, ਅਤੇ ਉੱਥੇ ਗੱਲਾਂ ਹੁੰਦੀਆਂ ਸੀਗੀਆਂ ਇਸ ਦੀਆਂ, ਅਤੇ ਉੱਥੇ ਜਦੋਂ ਦੀਪ ਦੀ ਗੱਲ ਹੁੰਦੀ ਸੀ, ਤਾਂ ਜੇ ਕੋਈ ਦੀਪ ਨੂੰ ਕੁਛ ਆਖੂਗਾ ਕਿ ਦੀਪ ਨੇ ਐਂ ਕੀਤਾ, ਤਾਂ ਮੈਂ ਉੱਥੇ ਬੋਲੂੰਗਾ ਹੀ ਬੋਲੂੰਗਾ ਯਾਰ। ਜੇ ਕੋਈ ਦੀਪ ਨੂੰ ਕੁਛ ਕਹੂਗਾ ਤਾਂ ਮੈਂ ਦੀਪ ਬਾਰੇ ਬੋਲੂੰਗਾ ਕਿ ਇਹ ਕਹਿੰਦੇ ਸੀ ਦੀਪ ਨੇ ਐਂ ਕੀਤਾ ਉਹ ਕੀਤਾ, ਤਾਂ ਮੈਂ ਉਹਨੂੰ ਕਿਹਾ ਮੈਂ ਦੀਪ ਨੇ ਕੁਛ ਨਹੀਂ ਕੀਤਾ, ਕੀ ਕੀਤਾ ਦੀਪ ਨੇ? ਜੋ ਵੀ ਗੱਲ ਹੁੰਦੀ ਸੀ, ਜਿਵੇਂ ਕਹਿੰਦੇ ਸੀ ਕਿ ਦੀਪ ਨੇ 26 ਤਰੀਕ ਨੂੰ ਐਂ ਕੀਤਾ ਉਹ ਕੀਤਾ, ਮੈਂ ਕਿਹਾ ਉੱਥੇ 5 ਲੱਖ ਬੰਦਾ ਗਿਆ ਸੀ, ਦੀਪ ਥੋੜ੍ਹੀ ਲੈ ਗਿਆ ਸੀਗਾ, ਕਹਿੰਦੇ ਦੀਪ ਬੰਦੇ ਲੈ ਕੇ ਗਿਆ ਉੱਥੇ, ਮੈਂ ਕਿਹਾ ਤੁਸੀਂ ਮੈਨੂੰ ਇੱਕ ਵੀਡੀਓ ਦਿਖਾਓ, ਇੱਕ ਪ੍ਰੂਫ ਦਿਖਾਓ ਦੀਪ ਬੰਦੇ ਲੈ ਗਿਆ, ਠੀਕ ਹੈ ਕਿ ਉੱਥੇ 5 ਲੱਖ ਬੰਦਾ ਗਿਆ। ਕੌਣ ਕਹਿੰਦਾ ਦੀਪ ਬੰਦੇ ਲੈ ਕੇ? ਮਤਲਬ ਕਿ ਜਨਰਲ ਬੈਠੇ ਗੱਲ ਕਰ ਰਹੇ ਆ, ਸੋਨੀਆ ਨੇ, ਅੱਛਾ ਸੋਨੀਆ ਹੀ ਕਹਿ ਰਹੀ ਸੀ, ਸੋਨੀਆ ਨੇ ਇਸੇ ਕਰਕੇ ਉਦੋਂ ਬਾਅਦ ਰੌਲਾ ਪਾਇਆ ਸੀ ਨਾ ਕਿ ਦੀਪ ਗਦਾਰ ਹੈ, ਜੀ ਹੈ, ਵੋ ਹੈ, ਠੀਕ ਹੈ। ਸੋਨੀਆ ਕਹਿ ਰਹੀ ਸੀ ਕਿ ਦੀਪ ਲਾਲ ਕਿਲੇ 'ਚ
ਵੀ ਕੋਈ ਕਿਸੇ ਦੇ ਡੰਡਾ ਮਾਰਨ ਦੀ ਜ਼ਰੂਰਤ ਨਹੀਂ, ਮੇਰੇ ਆਖੇ ਲੱਗਦੇ, ਮੈਂ ਇਹਨਾਂ ਨੂੰ ਸਾਰਿਆਂ ਨੂੰ ਲੈ ਕੇ ਜਾਣਾ। ਉਹਨੇ ਉੱਥੇ ਜਾ ਕੇ ਅਪੀਲ ਕੀਤੀ ਹੈ ਆਵਾਮ ਨੂੰ ਸਾਰੀ ਨੂੰ ਕਿ ਬਾਈ ਆਪਾਂ ਜਾਬਤੇ 'ਚ ਰਹਿਣਾ, ਕੋਈ ਇਹੋ ਜਿਹੀ ਗੱਲ ਨਹੀਂ ਕਰਨੀ ਅਤੇ ਆਪਾਂ ਕੋਈ ਇਹੋ ਜਿਹੀ ਗਲਤ ਜਿਹੜੀ ਕਿ ਆਪਣੇ 'ਤੇ ਐਜੀਟੇਸ਼ਨ 'ਤੇ ਖਿਲਾਫ ਹੋਵੇ, ਆਪਾਂ ਇਹੋ ਜਿਹਾ ਕੁਛ ਨਹੀਂ ਕਰਨਾ, ਆਪਾਂ ਜਾਬਤੇ 'ਚ ਰਹਿਣਾ ਅਤੇ ਆਰਾਮ ਨਾਲ ਬੈਠ ਕੇ ਇੱਥੇ ਧਰਨਾ ਦਿੰਦੇ ਹਾਂ। ਅਤੇ ਉੱਥੇ ਬੈਠ ਕੇ ਉਹਨੇ ਕਿਹਾ, ਦੀਪ ਨੇ ਸਾਰੇ ਬੰਦਿਆਂ ਨੇ ਕਿਹਾ, ਉੱਥੇ ਕਿਹਾ ਦੀਪ ਨੇ ਆਗੂ ਨੂੰ ਬੁਲਾਇਆ ਵੀ ਹੁਣ ਸਾਡੇ ਆਗੂ ਇੱਥੇ ਆ ਜਾਣ, ਅਸੀਂ ਇੱਥੇ ਆ ਗਏ ਹਾਂ ਅਤੇ ਆਪਾਂ ਇੱਥੇ ਬੈਠਦੇ ਹਾਂ, ਸਾਰੇ ਅੱਗੇ ਆਗੂ ਉੱਥੇ ਇੱਥੇ ਪਹੁੰਚੋ, ਠੀਕ ਹੈ ਕਿ ਨਹੀਂ। ਹਾਲਾਂਕਿ ਸੁਣਨ 'ਚ ਆਈ ਹੈ ਗੱਲ ਇਹ ਕਿ ਕੁਛ ਆਗੂ ਉੱਥੇ ਮੂੰਹ ਬੰਨ ਕੇ ਤੁਰ ਫਿਰ ਵੀ ਰਹੇ ਸੀਗੇ। ਦੀਪ ਨੇ ਸਾਰਿਆਂ ਨੂੰ ਕਿਹਾ ਕਿ ਆਪਾਂ ਜਾਬਤੇ 'ਚ ਰਹਿਣਾ, ਆਗੂ ਨੂੰ ਉਹਨੇ ਆਵਾਜ਼ ਮਾਰੀ ਕਿ ਇੱਥੇ ਆ ਜਾਓ, ਆਪਾਂ ਹੁਣ ਇੱਥੇ ਵੀ ਬੈਠਦੇ ਹਾਂ ਲਾਲ ਕਿਲੇ 'ਚ, ਆਪਣੀ ਹੁਣ ਇੰਨੀ ਜਨਤਾ ਆ ਗਈ ਹੈ, ਸਾਰੇ ਜਿੰਨੇ ਹੋਰ ਕਿਸਾਨ ਸੀ ਉਹਨਾਂ ਨੇ ਵੀ ਸਾਰਿਆਂ ਨੇ ਇਹੀ ਕਿਹਾ ਵੀ ਆਪਾਂ ਹੁਣ ਇੱਥੇ ਬੈਠਦੇ ਹਾਂ। ਜੇ ਉਹਦੇ ਆਗੂ ਉੱਥੇ ਆ ਜਾਂਦੇ ਅਤੇ ਉੱਥੇ ਆਪਾਂ ਬੈਠ ਜਾਂਦੇ ਤਾਂ ਮੈਨੂੰ ਲੱਗਦਾ ਕਿ ਮੈਨੂੰ ਕੀ ਲੱਗਦਾ ਬਹੁਤ ਲੋਕ ਇਸੇ ਹੱਕ 'ਚ ਨੇ ਵੀ ਆਪਣੇ ਬਿੱਲ ਉੱਦਾਂ ਹੀ ਰੱਦ ਹੋ ਜਾਣੇ ਸੀਗੇ, ਕਿਉਂਕਿ ਉਹਦੇ ਗੱਲਬਾਤ ਐਡੀ ਹੋ ਗਈ ਸੀਗੀ। ਪਰ ਇਹਨਾਂ ਦੇ ਦਿਮਾਗ 'ਚ ਕੁਛ ਹੋਰ ਚੱਲ ਰਿਹਾ ਸੀ, ਇਹਨਾਂ ਨੇ ਤਾਂ ਮਤਲਬ ਕਿ ਉਹਨਾਂ ਨੂੰ ਉੱਥੇ ਛੱਡ ਕੇ ਅਤੇ ਇੱਥੇ ਆ ਕੇ ਅਤੇ ਖਿਲਾਫ ਬੋਲਣ ਲੱਗ ਗਏ, ਗੱਦਾਰ ਕਰਾਰ ਕਰਤਾ, ਜੇ ਕਰਤਾ ਵੋ ਕਰਤਾ, ਕੀਤਾ ਕੀ ਸੀ ਉਹਨਾਂ ਨੇ ਉੱਥੇ? ਮੈਨੂੰ ਐਂ ਤਾਂ ਦੱਸੋ ਨਾ ਕਿੱਥੇ ਇਹ ਕਹਿੰਦੇ ਬੇਅਦਬੀ ਕਰਤੀ ਤਿਰੰਗੇ ਦੀ, ਕਿੱਥੇ ਮੈਨੂੰ ਦਿਖਾਓ ਇੱਕ ਵੀਡੀਓ ਜਿੱਥੇ ਤਿਰੰਗੇ ਦੀ ਬੇਅਦਬੀ ਹੋਈ, ਤਿਰੰਗਾ ਆਪਦੇ ਜਾਲੋ ਜਲਾਲ ਨਾਲ ਉੱਥੇ ਝੂਲ ਰਿਹਾ, ਠੀਕ ਹੈ ਨਾ ਜੀ। ਅਤੇ ਨਿਸ਼ਾਨ ਸਾਹਿਬ ਵੈਸੇ ਉੱਥੇ ਹਮੇਸ਼ਾ ਚੜ੍ਹਦਾ, ਅਤੇ ਜੀ ਇਹਨਾਂ ਨੇ ਨਿਸ਼ਾਨ ਸਾਹਿਬ ਅਤੇ ਨਾਲ ਕਿਸਾਨੀ, ਇਹ ਨਿਸ਼ਾਨ ਸਾਹਿਬ ਦਾ ਮੁੱਦਾ ਚੱਕ ਲੈਣਾ ਨੇ, ਪਰ ਇਕੱਲਾ ਨਿਸ਼ਾਨ ਸਾਹਿਬ ਤਾਂ ਨਹੀਂ ਚਲਾਇਆ, ਨਾਲ ਕਿਸਾਨੀ ਦਾ ਝੰਡਾ ਵੀ ਤਾਂ ਚਲਾਇਆ ਉੱਥੇ, ਦੋਨੇ ਝੰਡੇ ਚੜ੍ਹਾਏ ਗਏ ਨੇ ਉੱਥੇ, ਠੀਕ ਹੈ ਨਾ ਜੀ। ਅਤੇ ਇਹਨਾਂ ਨੇ ਇਕੱਲਾ ਨਿਸ਼ਾਨ ਸਾਹਿਬ ਚੱਕ ਕੇ, ਨਿਸ਼ਾਨ ਸਾਹਿਬ ਚੜ੍ਹਾਤਾ, ਨਿਸ਼ਾਨ ਸਾਹਿਬ ਚੜ੍ਹਾਤਾ, ਉਹਦਾ ਰੌਲਾ ਪਾਤਾ, ਇਕੱਲਾ ਨਿਸ਼ਾਨ ਸਾਹਿਬ ਨਹੀਂ ਚੜ੍ਹਿਆ, ਉੱਥੇ ਕਿਸਾਨੀ ਦਾ ਝੰਡਾ ਵੀ ਨਾਲ ਚੜ੍ਹਾਇਆ। ਔਰ ਮੇਰੇ ਕੋਲ ਇੱਕ ਵੀਡੀਓ ਪਈ, ਮੈਂ ਤੁਹਾਨੂੰ ਦਿਖਾ ਦੂੰਗਾ, ਰਾਜੇਵਾਲ ਗਰੁੱਪ ਦਾ ਇੱਕ ਬੰਦਾ ਕਹਿ ਰਿਹਾ ਕਿ ਉਹ ਦੇਖੋ ਜੀ ਰਾਜੇਵਾਲ ਸਾਹਿਬ ਦੇ ਗਰੁੱਪ ਦਾ ਗਰੁੱਪ ਨੇ ਝੰਡਾ ਚੜ੍ਹਾਤਾ। ਦੱਸੋ ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਹੈ ਕਿ ਲੱਖੇ ਦੀ ਜੇ ਲੱਖੇ ਨੇ ਵਾਪਸ ਆਉਣਾ, ਮਾਫ਼ੀ ਮੰਗੇ ਅਤੇ ਵਾਪਸ ਆ ਜੇ, ਲੱਖੇ ਨੂੰ ਮੰਗ ਲੈਣੀ ਚਾਹੀਦੀ ਹੈ ਮਾਫ਼ੀ? ਕਿਸ ਗੱਲ ਦੀ? ਕੀ ਕੀਤਾ ਲੱਖੇ ਨੇ? ਕਾਹਦੀ ਮਾਫ਼ੀ ਮੰਗੇ ਲੱਖਾ? ਮੈਨੂੰ ਦੱਸੋ, ਮੈਨੂੰ ਨਹੀਂ ਸਮਝ ਨਹੀਂ ਆਈ ਮਾਫ਼ੀ ਕਿਸ ਗੱਲ ਦੀ? ਮਾਫ਼ੀ ਮੰਗੇ ਨਾ, ਇਹ ਤਾਂ ਦੱਸੋ। 26 ਨੂੰ ਹੋਇਆ ਉਹਦੀ ਜ਼ਿੰਮੇਦਾਰੀ ਲੈ ਕੇ ਮਾਫ਼ੀ ਮੰਗ ਲਏ ਅਤੇ ਵਾਪਸ ਆ ਜੇ, ਅਸੀਂ ਵਾਪਸ ਅਸੀਂ ਸਟੇਜ 'ਤੇ ਵਾਪਸ ਲੈ ਆਉਂਦੇ ਹਾਂ ਲੱਖੇ। ਅੱਛਾ ਵੀ ਲੱਖਾਂ ਐਂ ਕਹਿੰਦੇ ਵੀ ਉਸ ਦਿਨ ਜੋ ਹੋਇਆ ਮੈਂ ਕੀਤਾ ਅਤੇ ਸਾਰਾ ਕੁਛ ਜੋ ਵੀ ਉੱਥੇ ਹੋਇਆ ਹੋਇਆ ਤਾਂ ਵੈਸੇ ਕੁਛ ਹੈ ਹੀ ਨਹੀਂ ਉੱਥੇ, ਅਤੇ ਵੀ ਉੱਥੇ ਵੀ ਜੋ ਆਗੂ ਕਹਿੰਦੇ ਨੇ ਵੀ ਹਾਂਜੀ ਉਹ ਹੋਇਆ, ਮਤਲਬ ਜਿਹੜੀ ਉਹ ਫੇਕ ਸਟੋਰੀ ਬਣਾਈ ਹੈ ਆਗੂ ਕਹਿੰਦੇ, ਜੋ ਵੀ ਕਹਿੰਦਾ ਦੋਨੋਂ ਵੀ ਲੱਖਾ ਉਸਨੂੰ ਕਹਿੰਦੇ ਵੀ ਹਾਂਜੀ ਇਹ ਹੋਇਆ ਅਤੇ ਉਹ ਮੈਂ ਕੀਤਾ ਅਤੇ ਮੈਨੂੰ ਉਸ ਗੱਲ ਲਈ ਮਾਫ਼ ਕਰ ਦਿੱਤਾ ਜਾਵੇ, ਇਹ ਲੱਖਾ ਆਖੇ? ਇਹ ਤਾਂ ਫਿਰ ਲੱਖੇ ਨੂੰ ਪਤਾ ਹੋਊਗਾ ਜੀ ਹੁਣ ਇਹਦੇ ਬਾਰੇ ਮੈਂ ਕੀ, ਮੈਨੂੰ ਤਾਂ ਸਮਝ ਨਹੀਂ ਉਹਦੀ ਮਾਫ਼ੀ ਕਿਸ ਗੱਲ ਦੀ? ਮਾਫ਼ੀ ਕਿਸ ਗੱਲ ਦੀ? ਚਲੋ ਲੱਖਾ ਦੱਸ ਸਕਦਾ ਜੀ, ਤਾਂ ਹੁਣ ਮੈਂ ਨਹੀਂ ਦੱਸ ਸਕਦਾ। ਇਕੱਠੇ ਨੇ ਦੀਪ ਅਤੇ ਲੱਖਾ, ਵੈਸੇ ਬਹੁਤ ਸਵਾਲ ਹੁੰਦੇ ਸੀਗੇ ਵੀ ਇਹ ਅਲੱਗ ਅਲੱਗ ਚੱਲਦੇ ਆ, ਕਈ ਵਾਰੀ ਇਹ ਗੱਲਾਂ ਹੋਣਗੀਆਂ। ਦੇਖੋ ਜੀ ਫਿਲਹਾਲ ਤਾਂ ਇਕੱਠੇ ਨੇ ਔਰ ਇਕੱਠੇ ਹੀ ਰਹਿਣਗੇ, ਸਾਰਾ ਯੂਥ ਹੀ ਇਕੱਠਾ ਹੈ ਔਰ ਇਹ ਯੂਥ ਦੇ ਆਗੂ ਨੇ ਦੋਨੇ। ਔਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਲੱਖੇ ਨੂੰ ਕਹਿ ਰਿਹਾ ਕਿ ਮਾਫ਼ੀ ਮੰਗ ਕੇ ਲੱਖਾ ਆ ਸਕਦਾ ਸਟੇਜ 'ਤੇ ਬੈਠ ਸਕਦਾ ਅਤੇ ਦੀਪ ਦੀ ਅਸੀਂ ਗੱਲ ਨਹੀਂ ਕਰਾਂਗੇ, ਮੈਂ ਦੇਖ ਰਿਹਾ ਸੀ ਕਿਸੇ ਆਗੂ ਸੀਗੇ ਕੋਈ, ਮੈਂ ਨਾਮ ਨਹੀਂ ਜਾਣਦਾ ਉਹਨਾਂ ਦਾ, ਕੋਈ ਬਜ਼ੁਰਗ ਸੀਗੇ, ਉਹ ਕਹਿ ਰਹੇ ਸੀਗੇ, ਉਹ ਕਹਿ ਰਹੇ ਕਹਿੰਦੇ ਲੱਖੇ ਨੂੰ ਲੱਖਾ ਮਾਫ਼ੀ ਮੰਗ ਲਏ ਅਤੇ ਲੱਖੇ ਨੂੰ ਅਸੀਂ ਸਟੇਜ 'ਤੇ ਬਿਠਾ ਲਾਂਗੇ ਅਤੇ ਦੀਪ ਦੀ ਅਸੀਂ ਗੱਲ ਨਹੀਂ ਕਰਨੀ। ਅਤੇ ਇਹ ਤਾਂ ਫਿਰ ਤੋੜਨ ਵਾਲੀਆਂ ਗੱਲਾਂ ਨੇ ਜੀ, ਜੋੜਨ ਵਾਲੀਆਂ ਗੱਲਾਂ ਨਹੀਂ ਹੈਗੀਆਂ, ਇੱਦਾਂ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਕਹਿਣਾ ਚਾਹੀਦਾ ਦੀਪ ਅਤੇ ਲੱਖਾ ਦੋਨੇ ਸਾਡੇ ਪੁੱਤ ਨੇ ਅਤੇ ਅਸੀਂ ਉਹਨਾਂ ਦੇ ਨਾਲ ਹਾਂ, ਕਿਉਂਕਿ ਉਹ ਯਾਰ ਕਿਹਦੇ ਵਾਸਤੇ ਲੜ ਰਹੇ ਨੇ? ਮੈਨੂੰ ਤਾਂ ਇੱਕ ਗੱਲ ਕਲੀਅਰ ਕਰ ਦਿਉ ਨਾ, ਦੀਪ ਕਿਹਦੇ ਵਾਸਤੇ ਲੜ ਰਿਹਾ, ਦੀਪ ਜੇਲ੍ਹ 'ਚ ਕਿਉਂ ਬੈਠਾ ਹੈ, ਉਹ ਕਿਹਦੇ ਵਾਸਤੇ ਲੜ ਰਿਹਾ? ਸੰਘਰਸ਼ਵਾਦੀ, ਸੰਘਰਸ਼ ਦੇ ਹੱਕ 'ਚ ਹੀ ਲੜ ਰਿਹਾ ਨਾ ਉਹ, ਉਹ ਬਿੱਲਾਂ ਦੇ ਖਿਲਾਫ਼ ਹੀ ਲੜ ਰਿਹਾ ਨਾ, ਉਹ ਮੋਦੀ ਸਰਕਾਰ ਦੇ ਖਿਲਾਫ਼ ਹੀ ਲੜ ਰਿਹਾ ਨਾ। ਫਿਰ ਤੁਸੀਂ ਕਿਵੇਂ ਉਹਨੂੰ ਬੀਜੇਪੀ ਦਾ ਬੰਦਾ ਕਹਿ ਰਹੇ ਹੋ? ਕਿਵੇਂ ਤੁਸੀਂ ਉਹਨੂੰ ਇਹ ਕਹਿ ਰਹੇ ਹੋ ਕਿ ਉਹ ਮੋਰਚੇ ਦੇ ਵਿੱਚ ਨਹੀਂ ਆ ਸਕਦਾ? ਮੋਰਚੇ ਦਾ ਮੋਰਚਾ ਯਾਰ ਕਿਸੇ ਦਾ ਮਤਲਬ ਕਿ ਰਜਿਸਟਰੀ ਕਰਾਈ ਹੈ ਮੋਰਚੇ ਦੀ? ਕਿਸੇ ਨੇ ਮੋਰਚਾ ਸਾਰਿਆਂ ਦਾ, ਮੋਰਚਾ ਸਾਰੇ ਪੰਜਾਬ ਦਾ, ਸਾਡੀਆਂ ਵੀ ਜ਼ਮੀਨਾਂ, ਸਾਡੇ ਕੋਲ ਜ਼ਮੀਨਾਂ, ਸਾਡੇ 'ਤੇ ਬਿੱਲ ਲਾਗੂ ਹੁੰਦੇ ਨੇ, ਅਸੀਂ ਵੀ ਲੜ ਰਹੇ ਹਾਂ ਉਹਦੇ ਖਿਲਾਫ਼, ਮੋਰਚਾ ਤਾਂ ਸਭ ਦਾ, ਅਸੀਂ ਉਹਦੇ ਖਿਲਾਫ਼ ਲੜ ਰਹੇ ਹਾਂ ਅਤੇ ਮੋਰਚਾ ਕੋਈ ਕਿਸੇ ਦੀ ਜੱਦੀ ਜਾਇਦਾਦ ਤਾਂ ਨਹੀਂ ਹੈ? ਅਤੇ ਫਿਰ ਇਹ ਨਹੀਂ ਕਰਨਾ ਚਾਹੀਦਾ, ਇਹ ਤਾਂ ਤੋੜਨ ਵਾਲੀ ਗੱਲਾਂ, ਆਪਾਂ ਨੂੰ ਇੱਕ ਹੋਣਾ ਚਾਹੀਦਾ, ਸਾਰੇ ਇੱਕ ਹੋ ਕੇ ਚੱਲਾਂਗੇ ਤਾਂ ਸਰਕਾਰ ਕੁਛ ਨਾ ਕੁਛ ਆਪਣੀ ਗੱਲ ਸੁਣੂਗੀ। ਜੇ ਆਪਾਂ ਆਪਸ 'ਚ ਪਾਟ ਕੇ ਆਈ ਗੱਲਾਂ ਕਰੀਏ, ਇੱਕ ਦੂਜੇ ਦੇ ਤਵੇ ਲਾਈ ਗਏ, ਇੱਕ ਦੂਜੇ ਨੂੰ ਸਰਟੀਫਿਕੇਟ ਵੰਡੀ ਗਏ ਗੱਦਾਰੀ ਦੇ ਅਤੇ ਉਹਨਾਂ ਦੀਆਂ ਗਲਤੀਆਂ ਕੱਢੀ ਗਏ, ਆਪਾਂ ਉਹਨਾਂ ਦੀਆਂ ਕੱਢੀ ਜਾਈਏ, ਉਹ ਸਾਡੀਆਂ ਕੱਢੀਆਂ ਨੇ, ਸਾਰਾ ਕੁਛ ਕਰੀ ਜਾਵੇ, ਇਹ ਸਾਡੀਆਂ ਅਤੇ ਉਹਨਾਂ ਦੀਆਂ ਕੋਈ ਗੱਲ ਨਹੀਂ ਹੋਣੀ ਚਾਹੀਦੀ, ਆਪਣੀ ਹੋਣੀ ਚਾਹੀਦੀ ਹੈ, ਆਪਣਾ ਸਭ ਕੁਛ ਆਪਣਾ ਹੋਣਾ ਚਾਹੀਦਾ, ਇੱਕਾ ਹੋਣਾ ਚਾਹੀਦਾ। ਬਜ਼ੁਰਗ ਨੇ ਸਾਡੇ ਆਗੂ ਵੱਡੇ ਨੇ, ਅਸੀਂ ਇਹਨਾਂ ਨੂੰ ਮੂਹਰੇ ਲਾ ਕੇ ਤੋਰਿਆ ਹੋਇਆ ਅਤੇ ਅਸੀਂ ਇਹਨਾਂ ਦੇ ਪਿੱਛੇ, ਜਿੰਨਾ ਵੀ ਯੂਥ ਹੈ ਉਹ ਯੂਥ ਦੇ ਵਿੱਚ ਇੱਕ ਮੈਂ ਆਪਦੇ ਨਿੱਜੀ ਵਿਚਾਰੇ ਦੱਸਦਾ ਕਿ ਆਗੂ ਨੇ, ਸਾਡੇ ਬਜ਼ੁਰਗ ਨੇ, ਸਾਡੇ ਲੀਡਰ ਨੇ, ਤੁਸੀਂ ਅੱਗੇ ਚੱਲੋ, ਤੁਹਾਨੂੰ ਜਿੱਥੇ ਸਾਡੀ ਸਪੋਰਟ ਆ ਅਸੀਂ ਤੁਹਾਡੇ ਨਾਲ ਹੈ, ਮੈਂ ਤੁਹਾਡੇ ਨਾਲ ਹੈ, ਮੇਰੇ ਨਾਲ ਜਿਹੜੇ ਵੀ ਮੇਰੇ ਸਾਥੀ ਨੇ,
की संघर्ष इतों तक पहुंचा कि हूँ एक दूजे के परिवारों बारे भी गल हो लग गई, एक दूजे के परिवारों पर भी सवाल होने लग गए? देखो जी बड़ी माड़ी गल है ना, इस संघर्ष इस लैवल से नहीं तुम सीट सकते संघर्ष में, है ना। तुम अगले के परिवार से जाके बकवास करो, दीप के फादर वाले बकवास की गई, मैं नहीं पता हू दैट जेंटलमैन वॉज, बड़ा गंद बकवास कर रहा है, वो इट्स वेरी बैड। और मैं किसी के भी कोई भी मेरे बाप बारे मेरे माँ बारे बाप बारे कोई कुछ बोलूगा तो मैं गुस्सा आऊगा ही आऊगा, चाहे जो भी गल है, ठीक है ना। ये बहुत माड़ी गल है मेरे हिसाब से, यह नहीं होना चाहिए। असी अपने हकों लिए लड़न वास्ते उत्थे गए हैं, ना कि असी एक दूजे के पर्दे चक्कण जां एक दूजे दी बेइज्जतियां करन उत्थे गए हैं, है ना। एक दूजे के परिवार से गंद सुट्टन नहीं असी उत्थे गए, असी उत्थे की करन गए हैं, वह साडा मकसद की है उसनू भुला के तुसीं तां होर ही कुछ करी जा रहे हो यार। ये थोड़ी गल हुंदी है तुसीं किसी के फादर बारे बोल रहे हो किसी की मदर बारे बोल रहे हो, यह कोई गल नहीं है। मैं इस गल के खिलाफ हां। सोनिया मान के फादर बारे भी कह गया? देखो सोनिया मान के फादर एक पोलीटिकल फिगर सी, ठीक है कि नहीं, उन्होंने खिलाफ अगर कुछ कहा गया तो वह पोलीटिकल लैवल से जाके कहा जा सकता, ठीक है जी। परसनल अटैक उन्होंने घर से जाके नहीं करना चाहिए। और मैं सोनिया भी यही कहूँगा कि उन्होंने भी थोड़ा जहाँ आपका ना कंट्रोल रखना चाहिए जुबान पर, इदा गलत मलत नहीं बोलना चाहिए। जो अगर आप किसी मौका दें ना, देखो मैनू नहीं कोई गाला कड़ता, जे तुम किसी मौका दोगे ना तो अगला गाल कड़ूगा। तुम जी कहो तो जी कहाओ, मैं हाल तक मैंने तुम देख लो इन इंटरव्यूज आप कितने मैं कदे किसी के खिलाफ बोलिया, अज तक नहीं मैं बोलिया किसी ने माड़ा नहीं किया, हरेक चंगे ही कहना मैं, तो मैंने भी नहीं किसी ने माड़ा किया जी अज तक, मैंने किसी ने गाल नहीं कड़ी। मैं सोशल मीडिया से एक्टिव इस करके बहुत घट रहना क्योंकि मैं गाल नहीं लै सकता किसी तो, ना मैं किसी को गाल दे सकता तो ना मैं सुन सकता। जो कि मैं कोई कमेंट करता तो किसी को बुरा लगे ना, मैं वो डिलीट कर दिना, मैं बहुत अनईजी हो जाता, मैं बर्दाश्त नहीं कर सकता ये गल भी कोई है थोड़ा। मेरा सुभा हाँ जी, इस करके मैं एक्टिव बहुत घट रहना सोशल मीडिया से, यही कारण मेरे ना होता सोशल मीडिया से। जिन्हू हज़ार हज़ार कमेंटा दे विच कोई गाल कड़ रहा है मंदा चंगा बोल रहा है, उहदे ते की बीतरी हो? बहुत माड़ी। एक ना तुसीं शायद देखा होना एक प्रोग्राम चलाया सीगा MTV पुलिस रिमांड समथिंग इदा कुछ चलिया सी ना, उहदे विच ना इन्हां नूं बुलाउंदे हुंदे जिहड़े गंदे कमेंट करदे आ ना सैलीबिटीज़ ते जां किसी होर ते। रणविजय हुणा ने चालू करिया सीगा, रणविजय सिंह हैगा ना मुंडा, उन्होंने शुरू कराया से, तो फिर वो बंदे नू पर्टिकुलर नू बुला के ना उत्ते उहदी बहुत बेइज्जती करते होंगे सके, तो उन्होंने दिखाते होंगे कि तू वो कमेंट किया ना जिस बंद बारे, उस बंद बुलाया जाता सगा, तो फिर दिखाई जाती उसकी हालत भी तो की बीतिया से, उन्होंने दसया जाता से और उन्होंने एहसास कराया जाता कि तू गलत किया और बंदा महसूस करता और सॉरी मांग के वापस जाता। वह इस वास्ते से उन्होंने लोगों वास्ते क्रिएट किया गया सगा यह प्रोग्राम, ताकि उन्होंने ये चीज़ फील होवे और उन्होंने अकल आए कि तुम किसी से परसनल अटैक करके गंदिया गाला किसी को कढ़ दे तो वो बंदे ते की बीतती है। थोड़ी वीडियो के थले सोनिया मान नू बहुत कुछ बोलिया जाता है अपने लाइव्स दे थले? नहीं बोलते हैं, मैं कहना बोलते हैं, मैं इसे करके कहना, मैं तुम मेरे ना देखा करो थले कमेंट, मैं हमेशा यही हाथ जुड़ के बेनती करता ना कि यार एक हैल्दी डिस्कशन करो, जी भर के करो हैल्दी डिस्कशन, पर बिलो द बेल्ट गंदी लैंग्वेज ना यूज़ करो, मेरी बेनती है। क्योंकि उत्थे अगर मैं कुछ लाइव किया ना तो मेरे घर के भी देखते हैं, वो थले अगर कमेंट आते तो मेरी बेटी हुण वड्डी हुंदी जा रही है, वह भी पढ़ती है, ठीक है कि नहीं। इस करके मैनू नहीं चंगा लगता, तो इस करके मैनू नहीं लगता अपन ये करना चाहिए, किसी बारे भी नहीं बोलना चाहिए, गंद ना बोलो, गंद ये तुहाडे संस्कार ही है नहीं गए जी, ये तो थोड़े संस्कार पता चलते हैं कि तुसी किदां दी थोड़ी परवरिश हुई है। तुसी ये प्लान कर रहे हो, मेरे ख्याल मैं पोस्टर देख रहा सीगा दीप दे जन्मदिन ते ब्लड डोनेशन कैंप्स ला रहे? जी हाँ, असं ये प्लान कर रहे, दीप का 2 तरीक का बर्थडे है, तो उदे असी उसनू इस तरह मना रहे हैं कि असी सारे डिस्ट्रिक्ट दे विच ब्लड कैंप ला रहे हैं, ब्लड डोनेशन कैंप सारे किते असी, क्योंकि ना ज़्यादातर ब्लड की बहुत कमी होती है, बहुत गरीब लोग ना सिर्फ इसे करके उन्हां दी डैथ हो जाती है, लाइफ बेचारे की खत्म हो जाती है, सिर्फ उन्होंने खून नहीं मिलता, अगर वो खरीदन जाते तो बहुत महंगा मिलता खून। असी इस करके ब्लड बैंक है जिहड़ा कि रैड क्रॉस का जो जिथे कि इन्हों फ्री ब्लड मिलता वो वास्ते असी ये कर रहे हैं, ताकि किसी गरीब की जान बचाई जा सके, खून की कमी करके उसकी डैथ ना हो, असी खून इकट्ठा करके दे रहे हैं। कोई उम्मीद? बहुत जल्दी, बहुत जल्दी, बहुत जल्दी, जल्दी जल्दी असी लड्डू बंडांगे, कोई चक्कर नहीं। बहुत धन्यवाद साढ़े नाल गलबात। थैंक यू भाई, थैंक यू सो मच, थैंक यू सो मच। याद गरेवाल का अपना अंदाज हुंदा है फिल्मों के, इन्हों का शेड जैसा भी रहा हो, आम जिंदगी अक्सर यह अपनी गल जी है खुल के बहुत ही नहीं करते होंगे, थोड़े रिजर्व रेंदे, अपनी नेचर इन्हों की ऐसी होंगी। असी महराज रैली तो देखा कि स्पीच जो इन्होंने दिती तो 2-4 शब्दों की गल मुका के और गल खत्म कर दिती सी। कैमरा परसन जगरूप सिंह, सिमरनजोत सिंह मक्कड़, ऑन एयर बठिंडा।